गुड इवनिंग स्टूडेंट्स, सारिआं नूं प्यार भरी सति श्री अकाल। अज दे इस सैशन दे विच मैं अते मेरे साथी तेजिंदर सिंह तुहाडे लई पार्ट टू कॉटन टैक्सटाइल्स दा लैके आए हां। सो साडे नाल जिन्ने भी स्टूडेंट्स जुड़े ने, जिन्ने भी टीचर साहिबान जुड़े ने, सारिआं दा वैलकम। सो अज असीं कॉटन टैक्सटाइल इंडस्ट्री, जो कि एक बहुत वड्डी जड़ी इंडस्ट्री है, कॉटन टैक्सटाइल इंडस्ट्री साढ़े भारत की, सो उदा जिहड़ा सैकेंड पार्ट असी डिस्कस करांगे। सो कल दे सैशन दे विच असी गल्लां बातां कीतियां सीगियां कि कॉटन टैक्सटाइल कित्थे कित्थे उहदी लोकेशन है, जिथे जिथे कॉटन टैक्सटाइल साड़ियां इंडस्ट्रीज लगियां हुईयां ने। इस तरह ही असी डिस्कस कीता सीगा कि किन्नी इंपॉर्टेंस है जिहड़ी साड़ी कॉटन टैक्सटाइल की। सो इस तो पहला मैं तुहाडे नाल डिस्कशन करा, सो सब तो पहला मैं अपने साथी तेजिंदर सिंह जी नूं बेनती करूँगा कि वो जिहड़े कल दे जो प्रश्न थोड़े जे रह गए सन, सो वो उन्होंने बारे च जिहड़ियां आपां स्टूडेंट्स दे नाल गलबात कर लीए। सो इन्हें नूं ओह प्रश्न डिस्कस करनगे। मैं रिक्वेस्ट करांगा मेरे बहुत ही सत्कारित तेजिंदर सिंह जी नूं कि कल जो प्रश्न रह गए सीगे जो कॉटन टैक्सटाइल संबंधी, वह विद्यार्थियों नूं आपां थोड़ा जा मोटीवेट कर लईए। सो दैन वी कैन प्रोसीड दिस सैशन। सो आई रिक्वेस्ट सरदार तेजिंदर सिंह जी। कंपोजिट मिल्स का मतलब यह होता है कि जरा सूती कपड़ा उद्योग है, यह कला सूती कपड़ा ही नहीं बनना होंगे, ये अलग अलग स्टेजेस है, क्योंकि अलग अलग टैक्सटाइल मिलों के काम मैनुफैक्चर होंगे या बनता है। सब तो पहला कपास को छोटे बड़े में आदि करके रूप बना पहली स्टेज है, उसके बाद स्पिंडल उस रूम का धागा करना होंगे। तो क्वेश्चन आया सी कि यार्न जो है वो सूत है या धागा है जिस नाल से कपड़ा बाहर बनना हो। पुराने जिहड़े है उन्होंने पता होगा साढ़े घर के साथी दादी जी का या उसमें पहला का चरखा अगर पिया वा तो तुम याद होगा कि चरखे के बेचते ही पतली जी लोहे की सीख होंगी आ जिसे उपर आप ਧਾਗਾ ਜਿਹੜਾ ਉਹ ਕੱਟਦੇ ਹਾਂ, ਉਹਨੂੰ ਪੱਟਲੀ ਕਹਿੰਦੇ ਪੰਜਾਬੀ ਦੇ ਵਿੱਚ, ਅੰਗਰੇਜ਼ੀ ਵਿੱਚ ਅਸੀਂ ਸਪਿੰਡਲ ਕਹਿੰਦੇ ਹਾਂ। ਉਹ ਅਕਸਰ ਪੰਜਾਬੀ 'ਚ ਕਹਾਵਤ ਵੀ ਹੈ, ਅਕਸਰ ਹੀ ਕਹੀ ਜਾਂਦੀ ਹੈ ਕਿ ਪੱਟਲੀ ਉਹਨੂੰ ਸਿੱਧਾ ਕਰ ਦੂੰਗਾ, ਤੇ ਉਹ ਪੱਟਲੀ ਸਿੱਧੀ ਹੋਣੀ ਬੜੀ ਜ਼ਰੂਰੀ ਆ ਤਾਂ ਉਹ ਸਹੀ ਢੰਗ ਨਾਲ ਜਿਹੜਾ ਧਾਗਾ ਉਹ ਪਾਉਂਦਾ ਆ। ਇਹ ਵੀ ਚਰਖੇ
ਉੱਪਰ ਇੱਕ ਬੰਦਾ ਜਿਹੜਾ ਉਹ ਧਾਗਾ ਕੱਟ ਸਕਦਾ ਹੈ, ਸੂਟ ਕੱਟ ਸਕਦਾ ਹੈ, ਪਰ ਫੈਕਟਰੀਆਂ ਦੇ ਵਿੱਚ ਹਜ਼ਾਰਾਂ ਹੀ ਪੱਟੜੀਆਂ ਹੁੰਦੀਆਂ, ਸਪਿੰਡਲਸ ਹੁੰਦੀਆਂ, ਜਿਨ੍ਹਾਂ ਦੇ ਉੱਪਰ ਇਹ ਧਾਗਾ ਬਣਦਾ। ਉਸ ਤੋਂ ਬਾਅਦ ਧਾਗੇ ਦਾ ਜਿਹੜਾ ਹੈ ਉਹਨੂੰ ਕੱਪੜਾ ਬਣਾਉਣਾ, ਚਾਹੇ ਹੈਂਡਲੂਮ ਹੱਥ ਖੱਡੀ ਨਾਲ ਬਣਾਓ ਜਾਂ ਪਾਵਰਲੂਮ ਬਿਜਲੀ ਨਾਲ ਜਿਹੜੇ ਲੂਮ ਚੱਲਦੇ ਆ ਉੱਥੇ ਕੱਪੜਾ ਬਣਾਓ, ਫਿਰ ਉਹਦੀ ਜਿਹੜੀ ਉਹਨੂੰ ਕੱਪੜੇ ਨੂੰ ਡਾਈ ਕਰਨਾ, ਪ੍ਰਿੰਟ ਕਰਨਾ, ਪ੍ਰਿੰਟ ਕਰਨ ਤੋਂ ਬਾਅਦ ਉਸਨੂੰ ਧੋਣਾ, ਇਹਦੇ ਵਿੱਚ ਪਾਣੀ ਵੀ ਬਹੁਤ ਲੱਗਦਾ ਇਸ ਇੰਡਸਟਰੀ ਦੇ ਵਿੱਚ, ਕਿਉਂਕਿ ਜਿਹੜਾ ਜਦੋਂ ਕੱਪੜਾ ਡਾਈ ਕਰਨਾ ਉਦੋਂ ਵੀ ਪਾਣੀ ਚਾਹੀਦਾ, ਜਦੋਂ ਕੱਪੜੇ ਨੂੰ ਪ੍ਰਿੰਟਿੰਗ ਤੋਂ ਬਾਅਦ ਜਦੋਂ ਪਾਣੀ ਨੂੰ ਫਿਨਿਸ਼ਿੰਗ ਦੇਣ ਟੱਚ ਜਿਹੜਾ ਦੇਣਾ ਉਸ ਤੋਂ ਬਾਅਦ ਉਦੋਂ ਵੀ ਪਾਣੀ ਲੱਗਣਾ, ਜਾਂ ਉਹਦੀ ਪੈਕੇਜਿੰਗ। ਸੋ ਕਈ ਇਹ ਜਿਹੜੀਆਂ ਸਟੇਜਿਸ ਰਲ ਕੇ ਦੈਨ ਵੀ ਕਾਲ ਵਿੱਚ ਇੱਕ ਕੰਪੋਜ਼ ਦੈਨ ਕੁਸ਼ਨ ਇਟ ਵਾਸ ਆਸਮ ਬਾਰੇ ਜੋ ਅਤੇ ਸ਼ਾਹ ਉਹਨਾਂ ਨੇ ਕਿਹਾ ਸੀਗਾ ਕਿ ਸੁਇਸ ਕੈਨਾਲ ਦਾ ਰੋਲ ਦੱਸ ਦਿਓ। ਸੁਇਸ ਕੈਨਾਲ ਜਿਹੜੀ ਹੈ ਉਹ ਲਾਲ ਸਾਗਰ ਔਰ ਜਿਹੜਾ ਰੂਪ ਸਾਗਰ ਹੈ ਮੈਡੀਟੇਰੀਅਨ ਮਿਸਰ ਦੇ ਵਿੱਚ ਹੈ, ਇਸ ਏਕ ਰੂਪ ਦੇ ਆ ਕੇ ਵਪਾਰਕ ਰਸਤੇ ਦੀ ਖੁੱਲਣ ਨਾਲ ਭਾਰਤ ਦੀ ਜਿਹੜੀ ਸੂਤੀ ਸਿਰਫ ਸੂਤੀ ਕੱਪੜਾ ਉਦਯੋਗ ਨਹੀਂ, ਹਰ ਇੱਕ ਉਦਯੋਗ ਨੂੰ ਦੇਸ਼ਾਂ ਨਾਲ ਵਪਾਰ ਕਰਨ ਦੇ ਵਿੱਚ ਬਹੁਤ ਜ਼ਿਆਦਾ ਫਾਇਦਾ। ਇਹ ਕੱਲ੍ਹ ਕੁਛ ਮਹੱਤਵਪੂਰਨ ਕੁਸ਼ਚਨ ਆਏ ਸੀਗੇ, ਜਿਹੜੇ ਕੁਸ਼ਚਨ ਅੱਜ ਦੇ ਸੈਸ਼ਨ ਨਾਲ ਜਿਹੜਾ ਅਸੀਂ ਉਹਨਾਂ ਦਾ ਧਿਆਨ ਦੀ ਕੋਸ਼ਿਸ਼ ਕਰੀ ਜਾਵਾਂਗੇ। ਸੋ ਮੇਰੀ ਰਿਕੁਐਸਟ ਹੈ ਯਾਦਵਿੰਦਰ ਸਰ ਨੂੰ ਕਿ ਉਹ ਇਸਦਾ ਪਾਰਟ ਟੂ ਜਿਹੜਾ ਬੱਚਿਆਂ ਨਾਲ ਡਿਸਕਸ ਕਰਨ, ਬੱਚੇ ਆਪਣੇ ਕੁਸ਼ਚਨ ਸੈਸ਼ਨ ਦੇ ਵਿੱਚ ਪੁੱਛੀ ਜਾਣ, ਅਸੀਂ ਵਾਰੀ ਵਾਰੀ ਉਹਨਾਂ ਦੇ ਉੱਤਰ ਜਿਹੜੇ ਉਹਨਾਂ ਨਾਲ ਡਿਸਕਸ ਕਰਾਂਗੇ। ਸਰ ਸੋ ਥੈਂਕ ਯੂ ਤਜਿੰਦਰ ਜੀ। ਸੋ ਤੁਸੀਂ ਨੇ ਜਿਹੜੀਆਂ ਵਿਦਿਆਰਥੀਆਂ ਨੂੰ ਹੌਸਲਾ ਦਿੱਤਾ ਅਤੇ ਹੌਸਲਾ ਅਫਜ਼ਾਈ ਕੀ। ਸੋ ਅੱਜ ਦਾ ਜਿਹੜਾ ਸੈਸ਼ਨ ਹੈ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ। ਸੋ ਤਜਿੰਦਰ ਜੀ, ਇੱਕ ਜਿਹੜੀ ਤੁਹਾਡੀ ਮਾਈਕ ਦੀ ਹੈ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਸੀ, ਪਲੀਜ਼ ਤੁਸੀਂ ਮਾਈਕ ਚੈੱਕ ਕਰ ਲਈਓ, ਥੋੜ੍ਹਾ ਜਿਹਾ ਕਨੈਕਸ਼ਨ ਚੈੱਕ ਕਰ ਲਈਓ। ਕਈ ਵਾਰ ਮੈਨੂੰ ਲੱਗਦਾ ਡਬਲ ਜੀ ਆਵਾਜ਼ ਥੋੜ੍ਹੀ ਫਟ ਫਟ ਕੇ ਜੇ ਜਾ ਰਹੀ ਸੀ। ਸੋ ਇਹਨੇ ਨੂੰ ਤੁਸੀਂ ਚੈੱਕ ਕਰ ਲਓ ਤਾਂ ਇਹਨੇ ਆਪਾਂ ਜਿਹੜਾ ਸੈਸ਼ਨ ਹੈ ਅਗਲਾ ਉਹ ਸ਼ੁਰੂਆਤ ਕਰਦੇ ਹਾਂ। ਸੋ ਵਿਦਿਆਰਥੀਓ, ਜਿਹੜੀ ਕੱਲ੍ਹ ਅਸੀਂ ਗੱਲ ਕੀਤੀ ਸੀ ਕਾਟਨ ਟੈਕਸਟਾਈਲ ਦੇ ਉੱਪਰ, ਸੋ ਉਹਦੇ ਵਿੱਚ ਅਸੀਂ ਜਿਹੜੇ ਪਹਿਲੇ ਦੋ ਫੇਸ ਅਸੀਂ ਕਰ ਲਏ ਸੀਗੇ, ਦੋ ਅਸੀਂ ਡਿਸਟ੍ਰੀਬਿਊਸ਼ਨ ਕਰ ਲਈਆਂ ਸੀਗੀਆਂ। ਸੋ ਇੱਕ ਪੱਛਮੀ ਖੇਤਰ ਸੀਗੇ ਅਤੇ ਇੱਕ ਦੱਖਣੀ ਖੇਤਰ ਸੀਗੇ। ਸੋ ਸੋ ਇੱਕ ਪੱਛਮੀ ਖੇਤਰ ਸੀਗੇ, ਇੱਕ ਦੱਖਣੀ ਖੇਤਰ ਸੀਗੇ। ਸੋ ਤੁਹਾਨੂੰ ਸਕਰੀਨ ਦੇ ਉੱਪਰ ਨਜ਼ਰ ਆ ਰਹੇ ਹੋਣੇ। ਸੋ ਦੱਖਣੀ ਖੇਤਰਾਂ ਦੇ ਵਿੱਚ ਅਸੀਂ ਆਲਰੇਡੀ ਡਿਸਕਸ ਕਰ ਰੱਖਿਆ ਆ ਰਿਹਾ ਸੀਗਾ। ਸੋ ਫਿਰ ਵੀ ਮੈਂ ਅੱਜ ਪਹਿਲ ਦੇਵਾਂਗਾ ਕਿ ਅਸੀਂ ਜਿਹੜੇ ਦੱਖਣੀ ਖੇਤਰ ਹੈ ਕਾਟਨ ਟੈਕਸਟਾਈਲ ਦੇ, ਉਹ ਵੀ ਅਸੀਂ ਅੱਜ ਥੋੜ੍ਹੇ ਜਿਹੇ ਡਿਸਕਸ ਕਰ ਲਏ ਜਾਂਦੇ ਹਨ। ਸੋ ਦੱਖਣੀ ਖੇਤਰ ਦੇ ਵਿੱਚ ਜਿਹੜੇ ਸਾਡੇ ਬਹੁਤ ਹੀ ਆਪਾਂ ਗੱਲ ਕੀਤੀ ਸੀ ਕਿ ਕੱਲ੍ਹ ਵੀ ਕਿ ਤਮਿਲਨਾਡੂ ਹੈ ਜਿਹੜਾ ਉਹ ਬਹੁਤ ਹੀ ਕਾਟਨ ਟੈਕਸਟਾਈਲ ਇੰਡਸਟਰੀ ਦਾ ਜਿਹੜਾ ਗੜ੍ਹ ਹੈ ਉਹ ਤਮਿਲਨਾਡੂ ਹੈ, ਤਾਂ ਉਸਦੇ ਨਾਲ ਹੋਰ ਜਿਹੜੇ ਨੇੜਲੇ ਇਲਾਕੇ ਹੈਗੇ ਹੈ ਜਿਵੇਂ ਕੇਰਲ, ਕਰਨਾਟਕਾ, ਆਂਧਰਾ ਪ੍ਰਦੇਸ਼, ਇਸੇ ਤਰ੍ਹਾਂ ਇਹਨਾਂ ਇਲਾਕਿਆਂ ਦੇ ਵਿੱਚ ਵੀ ਹੈ ਜਿਹੜੀ ਉਹ ਆਪਣੀ ਕਾਟਨ ਟੈਕਸਟਾਈਲ ਇੰਡਸਟਰੀ ਹੈ, ਸੋ ਉਹ ਲੱਗ ਚੁੱਕੀ ਹੈ। ਸੋ ਇਸ ਤੋਂ ਬਾਅਦ ਅਸੀਂ ਜਿਹੜਾ ਅਗਲੇ ਉਸ 'ਤੇ ਆਉਂਦੇ ਹਾਂ, ਸੋ ਉਹ ਹੈ ਜਿਹੜਾ ਜਿਸ ਅਸੀਂ ਡਿਸਕਸ ਕਰਨਾ ਹੈ। ਸੋ ਉਹਦੇ ਵਿੱਚ ਉੱਤਰੀ ਖੇਤਰ ਦੀ ਅਸੀਂ ਗੱਲ ਕਰਾਂਗੇ। ਸੋ ਜਿਹੜੇ ਖੇਤਰ ਦੇ ਵਿੱਚ ਅਸੀਂ ਰਹਿੰਦੇ ਹਾਂ, ਇੱਥੇ ਪੰਜਾਬ ਦੇ ਵਿੱਚ ਅਸੀਂ ਰਹਿੰਦੇ ਹਾਂ। ਸੋ ਇਹਦੇ ਇਹ ਖੇਤਰ ਦੇ ਵਿੱਚ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਪੰਜਾਬ ਖੇਤਰ ਜਿਹੜਾ ਪੰਜਾਬ ਜਿਹਦੇ ਵਿੱਚ ਪੰਜਾਬ ਆ ਜਾਂਦਾ ਹੈ, ਜਿਹਦੇ ਵਿੱਚ ਪੂਰਾ ਉੱਤਰੀ ਭਾਰਤ ਆ ਜਾਂਦਾ ਹੈ, ਸੋ ਉਹਦੇ ਵਿੱਚ ਕਿਹੜੇ ਕਿਹੜੇ ਖੇਤਰ ਆ ਜਾਂਦੇ ਨੇ। ਸੋ ਵਿਦਿਆਰਥੀਓ, ਤੁਸੀਂ ਸਕਰੀਨ 'ਤੇ ਦੇਖ ਰਹੇ ਹੋ ਕਿ ਉੱਤਰ ਪ੍ਰਦੇਸ਼, ਦਿੱਲੀ, ਪੰਜਾਬ, ਹਰਿਆਣਾ ਅਤੇ ਰਾਜਸਥਾਨ ਜਿਹੜੇ ਸੂਬੇ ਨੇਗੇ, ਸੋ ਇਹ ਮੇਨ ਸੂਬੇ ਇਹ ਜਿਹੜੇ ਹੈਗੇ ਨੇ, ਸੋ ਇਹਨਾਂ ਇਹਨਾਂ ਦੇ ਸਾਰੇ ਖੇਤਰ ਜਿਹੜੇ ਰੀਜਨਸ ਨੇਗੇ, ਸੋ ਉਹ ਉੱਤਰੀ ਭਾਰਤ ਦੇ ਵਿੱਚ ਆ ਜਾਂਦੇ ਨੇ। ਸੋ ਮੈਂ ਇਹ ਗੱਲ ਕਰਾਂਗਾ ਕਿ ਇੱਥੇ ਜਿਹੜੀਆਂ ਕਾਟਨ ਟੈਕਸਟਾਈਲ ਦਾ ਬਹੁਤਾ ਵਿਕਾਸ ਤਾਂ ਨਹੀਂ ਹੋਇਆ, ਪਰ ਫਿਰ ਵੀ ਇੱਥੇ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਖੇਤਰਾਂ ਦੇ ਵਿੱਚ ਜਿਵੇਂ ਕਾਨਪੁਰ, ਦਿੱਲੀ, ਅੰਮ੍ਰਿਤਸਰ, ਲੁਧਿਆਣਾ ਅਤੇ ਆਗਰਾ ਦੀ ਜੇ ਗੱਲ ਕਰੀਏ ਤਾਂ ਇੱਥੇ ਜਿਹੜੇ ਕੁਛ ਪ੍ਰਮੁੱਖ ਉਤਪਾਦਨ ਖੇਤਰ ਨੇ। ਸੋ ਉਹਨਾਂ ਦਾ ਕੀ ਕਾਰਨ ਹੈ ਇੱਥੇ? ਸੋ ਉਹ ਕਾਰਨ ਇਹਨਾਂ ਦਾ ਇਹ ਹੈ ਕਿ ਪੰਜਾਬ ਦੇ ਵੀ ਜੇਕਰ ਗੱਲ ਕਰੀਏ, ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ, ਸੋ ਉਹ ਖੇਤੀ ਪ੍ਰਧਾਨ ਸੂਬੇ ਹੋਣ ਕਰਕੇ ਸੋ ਇੱਥੇ
ਜਿਹੜੇ ਲੰਬੇ ਰੇਸ਼ੇ ਵਾਲੀ ਕਪਾਹ ਹੈ ਜਿਹੜੀ ਉਹ ਪਹਿਲਾਂ ਹੀ ਮਾਲਵੇ ਦੀ ਬੈਲਟ ਦੇ ਵਿੱਚ ਹੁੰਦੀ ਆ ਰਹੀ ਸੀਗੀ। ਸੋ ਕਪਾਹ ਇਸ ਤੋਂ ਇਲਾਵਾ ਜਿਹੜਾ ਇਹ ਸ਼ਾਰਟ ਸਟੇਪਲ ਕਾਟਨ ਹੈ ਜਿਹੜਾ ਆਪਾਂ ਕਹਿੰਦੇ ਹਾਂ ਜਿਹਨੂੰ, ਸੋ ਉਹ ਵੀ ਜਿਹੜੀ ਇੱਥੇ ਬਹੁਤੀ ਕੀਤੀ ਜਾਂਦੀ ਸੀਗੀ। ਸੋ ਉਹ ਕਾਰਨ ਕੀ ਹੋਇਆ ਕਿ ਜਦੋਂ ਪੰਜਾਬ ਦੇ ਖੇਤਰ ਦੇ ਵਿੱਚ ਕੁਛ ਦਹਾਕੇ ਪਹਿਲਾਂ, ਸੋ ਇੱਥੇ ਸੇਮ ਹੈ ਜਿਹੜੀ ਉਹ ਆ ਗਈ ਸੀ, ਜਿਹਦੇ ਕਾਰਨ ਜਿਹੜਾ ਵਾਟਰ ਲੌਗਿੰਗ ਟੇਬਲ ਹੈ, ਸੋ ਜਿਹੜਾ ਵਾਟਰ ਲੌਗਿੰਗ ਹੈ ਉਹ ਉੱਪਰ ਆ ਗਿਆ ਸੀ। ਪਾਣੀ ਹੈ ਜਿਹੜੀ ਆਪਾਂ ਸੇਮ ਭਾਵ ਹੈ ਕਿ ਉੱਪਰਲੇ ਜਿਹੜੀ ਪਰਤ ਹੈ ਮਿੱਟੀ ਦੀ ਉਹਦੇ ਵਿੱਚ ਪਾਣੀ ਹੈ ਜਿਹੜਾ ਆ ਜਾਣਾ। ਸੋ ਵਿਦਿਆਰਥੀ ਉਹ ਜਿੱਥੇ ਵੀ ਕਿਸਾਨ ਕੋਈ ਪੈਰ ਧਰਦਾ ਸੀਗਾ, ਸੋ ਉੱਥੇ ਟੋਆ ਪੈ ਜਾਂਦਾ ਸੀਗਾ ਤੇ ਥੋੜੇ ਜਿਹੇ ਸਮੇਂ ਬਾਅਦ ਉਹਦੇ ਵਿੱਚ ਜਿਹੜਾ ਪਾਣੀ ਇਕੱਠਾ ਹੋ ਜਾਂਦਾ ਸੀਗਾ। ਸੋ ਜਿਸ ਦੇ ਮਜਬੂਰਨ ਬਸ ਪੰਜਾਬ ਦੇ ਜਿਹੜੇ ਮਾਲਵੇ ਦੇ ਇਲਾਕੇ ਸੀਗੇ, ਜਿਹਦੇ ਵਿੱਚ ਮੈਂ ਕਹੂੰਗਾ ਕਿ ਬਠਿੰਡਾ, ਫਰੀਦਕੋਟ, ਆਪਣਾ ਮਾਨਸਾ ਦੇ ਇਲਾਕੇ ਸੀਗੇ, ਸੋ ਇਹਨਾਂ ਦੇ ਵਿੱਚ ਜਿਹੜੀ ਇੱਕ ਪੰਜਾਬ ਦੀ ਜਿਹੜੀ ਇੱਕ ਕਾਟਨ ਬੈਲਟ ਸੀ ਤਕੜੀ, ਸੋ ਉਹ ਉਸ ਇਲਾਕੇ ਦੇ ਵਿੱਚ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਲੋਕਾਂ ਨੇ ਜਿਹੜਾ ਉਹ ਝੋਨਾ ਲਾਉਣਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਜਿਹੜਾ ਪੰਜਾਬ ਦਾ ਜਿਹੜਾ ਕਾਟਨ ਟੈਕਸਟਾਈਲ ਦਾ ਜਿਹੜਾ ਕੰਮ ਹੈ ਉਹ ਘਟ ਗਿਆ। ਸੋ ਪਰ ਫਿਰ ਵੀ ਅਸੀਂ ਕਿਤੇ ਨਾ ਕਿਤੇ ਜਿਹੜਾ ਕਾਟਨ ਟੈਕਸਟਾਈਲ ਦੇ ਵਿੱਚ ਸਟੈਂਡ ਕਰਦੇ ਹਾਂ। ਸੋ ਅੱਗੇ ਜਦੋਂ ਪੰਜਾਬ ਦੇ ਵਿੱਚ ਆਵਾਂਗੇ, ਪੰਜਾਬ ਬਾਰੇ ਗੱਲ ਕਰਾਂਗੇ, ਤਾਂ ਬਹੁਤ ਸਾਰੀਆਂ ਜਿਹੜੀਆਂ ਇੰਡਸਟਰੀਜ਼ ਨੇ ਜਿਹੜੀਆਂ ਪੰਜਾਬ ਦੀਆਂ ਜਿਹੜੀਆਂ ਕਾਟਨ ਟੈਕਸਟਾਈਲਸ ਹੈਗੀਆਂ ਨੇ, ਉਹਨਾਂ ਦੇ ਬਾਰੇ 'ਚ ਅਸੀਂ ਜਿਹੜਾ ਹੈਗਾ ਵਿਸਥਾਰ ਦੇ ਵਿੱਚ ਜਿਹੜੀ ਉਹ ਗੱਲਬਾਤ ਤੁਹਾਡੇ ਨਾਲ ਸਾਂਝੀ ਕਰਾਂਗੇ, ਸੋ ਜਿੰਨੀ ਕੁ ਲੋੜ ਹੈ। ਸੋ ਇੱਥੋਂ ਦੀਆਂ ਜਿਹੜੀਆਂ ਕੰਡੀਸ਼ਨ ਸੀਗੀਆਂ, ਸੋ ਉਹਨਾਂ ਦੇ ਬਾਰੇ ਜਦੋਂ ਅਸੀਂ ਗੱਲ ਕਰਦੇ ਹਾਂ ਕਿ ਇੱਥੇ ਜਿਹੜੀ ਮੈਂ ਪਹਿਲਾਂ ਹੀ ਜਿਵੇਂ ਜ਼ਿਕਰ ਕੀਤਾ ਹੈ ਕਿ ਲੰਬੇ ਰੇਸ਼ੇ ਵਾਲੀ ਕਪਾਹ ਇੱਥੇ ਬਹੁਤ ਜ਼ਿਆਦਾ ਉਪਲਬਧ ਹੁੰਦੀ ਸੀਗੀ, ਸੋ ਸ਼ਾਰਟ ਸਟੇਪਲ ਕਾਟਨ ਵੀ ਹੁੰਦੀ ਹੈ ਕਿਤੇ ਕਿਤੇ। ਇਸ ਤੋਂ ਇਲਾਵਾ ਸੰਘਣੀ ਆਬਾਦੀ ਵਾਲਾ ਖੇਤਰ ਹੋਣ ਕਾਰਨ, ਸੋ ਇੱਥੇ ਜਿਹੜੇ ਕੱਪੜਿਆਂ ਦੀ ਜਿਹੜੀ ਮਾਰਕੀਟ ਹੈ, ਸੋ ਉਹ ਬਹੁਤ ਜ਼ਿਆਦਾ ਹੈ। ਜਿੱਥੇ ਕੱਪੜਿਆਂ ਦੀ ਜਿਹੜੀ ਮੰਗ ਜਿੱਥੇ ਜ਼ਿਆਦਾ ਹੋਊਗੀ ਤਾਂ ਓਬਵੀਅਸਲੀ ਹੈਗਾ, ਸੋ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਜੇ ਉਸੇ ਇਲਾਕੇ ਦੇ ਵਿੱਚ ਜੇ ਕਾਟਨ ਹੋ ਸਕਦੀ ਹੈ ਤਾਂ ਕਿਸਾਨ ਉਗਾ ਸਕਦੇ ਨੇ, ਤਾਂ ਕਾਟਨ ਮਿਲਸ ਵੀ ਹੈ ਜਿਹੜੀਆਂ ਉੱਥੇ ਲਗਾਈਆਂ ਜਾ ਸਕਦੀਆਂ ਨੇਗੀਆਂ। ਸੋ ਸੈਕਿੰਡ ਪੁਆਇੰਟ ਇਹ ਜਿਹੜਾ ਆਪਾਂ ਇਹ ਲਿਖ ਸਕਦੇ ਹਾਂ, ਤੇ ਤੀਸਰਾ ਜਿਹੜਾ ਕਾਰਨ ਹੈ ਕਿ ਇਸ ਇਲਾਕੇ ਦੇ ਵਿੱਚ ਇਲਾਕਾ ਸਹੀ ਹੋਣ ਕਾਰਨ, ਧਰਾਤਲ ਪੱਧਰਾ ਹੋਣ ਕਾਰਨ, ਸੋ ਸਿਰਫ ਹਿਮਾਚਲ ਪ੍ਰਦੇਸ਼ ਦੇ ਖਿੱਤੇ ਨੂੰ ਛੱਡ ਦਈਏ, ਆਪਾਂ ਪੂਰੇ ਨਾਰਥਨ ਰੀਜਨ ਦੇ ਵਿੱਚ ਜੰਮੂ ਕਸ਼ਮੀਰ ਨੂੰ ਛੱਡ ਦਈਏ, ਤਾਂ ਬਾਕੀ ਜਿਹੜਾ ਇਲਾਕਾ ਹੈ, ਸੋ ਉਹ ਬਿਲਕੁਲ ਜਿਹੜਾ ਧਰਾਤਲ ਹੈ ਉਹਦਾ ਪੱਧਰਾ ਹੈ। ਤਾਂ ਉੱਥੇ ਜਿਹੜੇ ਵਿਕਸਿਤ ਆਵਾਜਾਈ ਦੇ ਸਾਧਨ ਨੇ, ਜਿਹੜੇ ਉਹਨਾਂ ਦਾ ਵਿਕਾਸ ਆਲਰੇਡੀ ਹੋਇਆ ਹੈ, ਰੇਲਵੇ ਨੈਟਵਰਕ ਹੈ, ਸੋ ਕਿਸੇ ਵੀ ਕਿਸਮ ਦੀ ਜਿਹੜੀ ਆਪਾਂ ਨੂੰ ਜਿਹੜੀ ਆਉਣ ਜਾਣ ਦੀ ਹੈ ਉਹ ਦਿੱਕਤ ਨਹੀਂ ਹੈ। ਸੋ ਇਸ ਕਰਕੇ ਸੋ ਇਸ ਇਲਾਕੇ ਦੇ ਵਿੱਚ ਜਿਹੜੀ ਬਹੁਤ ਸਾਰੀ ਜਿਹੜੀ ਇੰਡਸਟਰੀ ਹੈ ਉਹ ਵਿਕਸਿਤ ਹੋ ਗਈ। ਸੋ ਚੌਥੇ ਪੁਆਇੰਟ ਦੀ ਗੱਲ ਕਰਦੇ ਹਾਂ, ਉਹੀ ਗੱਲ ਆ ਜਾਂਦੀ ਹੈ ਕਿ ਹੁਨਰ ਜਿਹਦੇ ਵਿੱਚ ਹੈਗਾ, ਸੋ ਜਿੱਥੇ ਹੁਨਰ ਹੈ ਉੱਥੇ ਹੀ ਇੰਡਸਟਰੀ ਮਿਲਦੀ ਹੈ। ਸੋ ਇੱਥੋਂ ਦੇ ਜਿਹੜੇ ਜਿਹੜੇ ਲੋਕ ਨੇ, ਇੱਥੋਂ ਦੇ ਕੁਸ਼ਲ ਲੋਕ ਨੇ, ਤੇ ਮਜ਼ਦੂਰੀ ਵੀ ਜਿਹੜੀ ਹੈ ਉਹ ਸਸਤੀ ਮਿਲ ਜਾਂਦੀ ਹੈ, ਇਸ ਕਰਕੇ ਬਹੁਤ ਸਾਰੇ ਜਿਹੜੀਆਂ ਕਾਟਨ ਮਿਲਾਂ ਨੇ ਨੂੰ ਜਿਹੜਾ ਮਜ਼ਦੂਰਾਂ ਦੀ ਲੋੜ ਹੈ ਉਹ ਇੱਥੋਂ ਪੂਰਤੀ ਹੋ ਜਾਂਦੀ ਹੈ। ਸੋ ਇਸ ਕਰਕੇ ਇੱਥੇ ਜਿਹੜੀਆਂ ਕਾਟਨ ਮਿਲਸ ਨੇ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਉਹ ਸੈਟਅਪ ਹੋਈਆਂ। ਸੋ ਅਗਲੀ ਗੱਲ ਅਸੀਂ ਜਿਹੜੀ ਕਰਦੇ ਹਾਂ, ਸੋ ਉਹ ਆਉਂਦੀ ਹੈ ਈਸਟਰਨ ਰੀਜਨ ਦੀ। ਸੋ ਜਿਹੜਾ ਭਾਰਤ ਦਾ ਈਸਟਰਨ ਰੀਜਨ ਹੈ ਜਿਸ ਨੂੰ ਪੂਰਬੀ ਖੇਤਰ ਕਹਿੰਦੇ ਆ, ਸੋ ਪੂਰਬੀ ਖੇਤਰ 'ਚ ਵਿਦਿਆਰਥੀਓ ਜਿਹੜੇ ਅਸੀਂ ਪਹਿਲੀ ਗੱਲ ਕੀਤੀ ਸੀ ਵੀ ਤਿੰਨ ਖੇਤਰ ਤਾਂ ਬਹੁਤ ਇੰਪੋਰਟੈਂਟ ਨੇ, ਪਰ ਪੂਰਬੀ ਖੇਤਰ 'ਚ ਵੀ ਕਿਤੇ ਨਾ ਕਿਤੇ ਜਿੱਥੇ ਕਪਾਹ ਦੀ ਖੇਤੀ ਹੋ ਸਕਦੀ ਹੈ ਜਾਂ ਕਿਤੇ ਨਾ ਕਿਤੇ ਜਿਹੜੀਆਂ ਕਪਾਹ ਕਿਵੇਂ ਨਾ ਕਿਵੇਂ ਕਰਕੇ ਟਰਾਂਸਪੋਰਟ ਕਰਕੇ ਉੱਥੇ ਜਾ ਸਕਦੀ ਹੈ, ਤਾਂ ਉੱਥੇ ਬਹੁਤ ਜਿਹੜੀਆਂ ਕਾਟਨ ਟੈਕਸਟਾਈਲ ਮਿਲਸ ਜਿਹੜੀਆਂ ਉਹ ਲੱਗੀਆਂ ਨੇ। ਜਿਵੇਂ ਇਹਨਾਂ ਦੇ ਖੇਤਰਾਂ ਦੇ ਵਿੱਚ ਜੇ ਗੱਲ ਕਰੀਏ ਤਾਂ ਪੱਛਮੀ ਬੰਗਾਲ, ਬਿਹਾਰ, ਉੜੀਸਾ ਅਤੇ ਅਸਾਮ ਰਾਜ ਆਉਂਦੇ ਨੇ। ਸੋ ਇੱਥੇ ਤਰ ਜਿਹੜੀਆਂ ਜ਼ਿਆਦਾਤਰ ਜਿਹੜੀਆਂ ਮਿਲਾਂ ਨੇ ਗੀਆਂ ਕਾਟਨ ਟੈਕਸਟਾਈਲ ਦੀਆਂ, ਸੋ ਉਹ ਕੋਲਕਾਤਾ, ਬੇਗਾੜੀਆ, ਸ਼ਿਆਮ ਨਗਰ, ਗੁਸੂਰੀ, ਸਾਲਕੀਆ, ਸ਼੍ਰੀ ਰਾਮਪੁਰ ਅਤੇ ਮੁਰੀ ਗ੍ਰਾਮ ਵਿਖੇ ਹਨ। ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਥਾਵਾਂ ਹਨ, ਪਰ ਅਸੀਂ ਤੁਹਾਡੇ ਨਾਲ ਸਿਰਫ ਇਹਨਾਂ ਦਾ ਹੀ ਜ਼ਿਕਰ ਕੀਤਾ ਹੈ ਕਿਉਂਕਿ ਐਗਜ਼ਾਮੀਨੇਸ਼ਨ ਪੁਆਇੰਟ ਆਫ ਵਿਊ ਤੋਂ ਤੁਸੀਂ ਜੇ ਇਹਨਾਂ 'ਚ ਦੋ ਚਾਰ ਜਗ੍ਹਾ ਵੀ ਲਿਖ ਦਿੰਦੇ ਹੋ, ਜੋ ਤਾਂ ਚਾਰ ਜਿਹੜੇ ਸਥਾਨ ਲਿਖ ਦਿੰਦੇ ਹੋ, ਤਾਂ
ਤੁਹਾਨੂੰ ਜਿਹੜੇ ਚੰਗੇ ਨੰਬਰ ਹੈ ਉਹ ਮਿਲ ਸਕਦੇ ਹੈਗੇ ਹੈ। ਸੋ ਕੋਲਕਾਤਾ ਵਿਖੇ ਜਿਹੜੀ ਇੰਡਸਟਰੀਅਲ ਸੈਟਅਪ ਹੋਇਆ ਕਾਟਨ ਟੈਕਸਟਾਈਲ ਦਾ, ਸੋ ਉੱਥੇ ਕਾਰਨ ਹੈ ਕਿ ਉੱਥੋਂ ਨੇੜੇ ਹੈ ਜਿਹੜੀ ਉਹ ਬੰਦਰਗਾਹ ਹੈ। ਸੋ ਇੱਥੇ ਉਹ ਵਾਲੀ ਬੰਦਰਗਾਹ ਜਿਹੜੀ ਬੰਦਰਗਾਹ ਹੈ, ਵੈਸੇ ਤਾਂ ਵਿਦਿਆਰਥੀਆਂ ਨੂੰ ਪਤਾ ਹੋਏਗਾ ਪਰ ਮੈਂ ਇੱਥੇ ਦੱਸ ਦਵਾਂ ਕਿ ਬੰਦਰਗਾਹ ਅੰਗਰੇਜ਼ੀ ਦੇ ਵਿੱਚ ਜਿਹਨੂੰ ਪੋਰਟ ਫੈਸਿਲਿਟੀਜ਼ ਕਹਿੰਦੇ ਹਨ, ਸੋ ਇਹ ਜਿੱਥੇ ਸਮੁੰਦਰੀ ਇਲਾਕਾ ਹੁੰਦਾ ਹੈ ਉੱਥੇ ਜਹਾਜ਼ ਖੜ ਸਕਦੇ ਹੋਣ, ਜਿੱਥੇ ਕਟਿਆ ਫਟਿਆ ਤੱਟ ਹੁੰਦਾ ਹੈ। ਕਟਿਆ ਫਟਿਆ ਮਤਲਬ ਕਿ ਜਹਾਜ਼ਾਂ ਨੂੰ ਜਿਹੜਾ ਖੜਨ ਦੇ ਲਈ ਹੈ ਜਿਹੜੀ ਉਹ ਜਗ੍ਹਾ ਮਿਲ ਸਕੇ ਉੱਥੇ, ਸੋ ਉਹ ਕੋਲਕਾਤਾ ਪੋਰਟ ਹੈ। ਅਸੀਂ ਇਸੇ ਤਰ੍ਹਾਂ ਹੀ ਆਪਾਂ ਕੱਲ੍ਹ ਗੱਲ ਕੀਤੀ ਸੀਗੀ ਕਿ ਗੁਜਰਾਤ ਵਾਲੇ ਇਲਾਕੇ ਦੇ ਵਿੱਚ ਅਸੀਂ ਜਿਹੜਾ ਮੁੰਬਈ ਵਾਲੇ ਇਲਾਕੇ ਦੇ ਵਿੱਚ ਉਸ ਮੁੰਬਈ ਪੋਰਟ ਦਾ ਜ਼ਿਕਰ ਕੀਤਾ ਸੀਗਾ, ਇਸੇ ਤਰ੍ਹਾਂ ਹੀ ਜਿਹੜਾ ਕਾਂਡਲਾ ਪੋਰਟ ਦਾ ਜ਼ਿਕਰ ਕੀਤਾ ਸੀਗਾ। ਸੋ ਇੱਥੇ ਵੀ ਇਹ ਜਿਹੜਾ ਕੋਲਕਾਤਾ ਜਿਹੜੀ ਬੰਦਰਗਾਹ ਹੈ, ਸੋ ਉਹ ਉਹਦਾ ਇੱਥੋਂ ਦਾ ਜਿਹੜਾ ਬਹੁਤ ਫਾਇਦਾ ਹੁੰਦਾ ਹੈ ਉਸਦੇ ਨਾਲ, ਜਿਹੜਾ ਭਾਰੀ ਭਰਕਮ ਜਿਹੜਾ ਕਾਟਨ ਦੀਆਂ ਜਿਹੜੀਆਂ ਬੇਲਸ ਹੁੰਦੀਆਂ ਨੇ ਉਹਨਾਂ ਨੂੰ ਆਸਾਨੀ ਦੇ ਨਾਲ ਇੱਧਰ ਉੱਧਰ ਜਿਹੜਾ ਹੈਗਾ ਪ੍ਰੋਡਕਟ ਨੂੰ ਕੀਤਾ ਜਾ ਸਕਦਾ ਹੈਗਾ। ਤੇ ਦੂਸਰੀ ਗੱਲ ਜਿਹੜੀ ਇੱਥੇ ਜਿਸ ਤਰ੍ਹਾਂ ਦੀਆਂ ਜਿਹੜੀਆਂ ਕੰਡੀਸ਼ਨਸ ਗੁਜਰਾਤ ਵਿੱਚ ਪਾਈਆਂ ਜਾਂਦੀਆਂ ਹਨ, ਤਕਰੀਬਨ ਉਸੇ ਤਰ੍ਹਾਂ ਦਾ ਜਿਹੜਾ ਐਟਮੋਸਫੀਅਰ ਹੈ, ਉਸੇ ਤਰ੍ਹਾਂ ਦਾ ਜਲਵਾਯੂ ਹੈ, ਜੋ ਕਲਾਈਮੇਟ ਹੈ। ਸੋ ਮੈਂ ਇੱਥੇ ਐਟਮੋਸਫੀਅਰ ਸ਼ਬਦ ਜਿਹੜਾ ਦਿੱਲੀ ਤੋਂ ਵਰਤ ਗਿਆ ਤੇ, ਪਰ ਆਪਾਂ ਜਲਵਾਯੂ ਦੀ ਗੱਲ ਕਰਦੇ ਹਾਂ। ਸੋ ਜਲਵਾਯੂ ਮੀਨਸ ਕਲਾਈਮੇਟ ਦੀ ਗੱਲ ਕਰਦੇ ਹਾਂ। ਸੋ ਕਲਾਈਮੇਟ ਹੈ ਜਿਹੜਾ ਉਹਦੇ ਵਿੱਚ ਜਿਹੜੀ ਨਮੀ ਭਰਪੂਰ ਹੈ, ਸੋ ਇੱਥੋਂ ਦੀ ਹਵਾ ਦੇ ਵਿੱਚ ਜਿਹੜੀ ਨਮੀ ਹੈ ਬਰਕਰਾਰ ਰਹਿੰਦੀ ਹੈ, ਜਿਹੜੀ ਕਿ ਸੂਤੀ ਕੱਪੜੇ ਦੇ ਲਈ ਬਹੁਤ ਵਧੀਆ ਹੈ। ਸੋ ਇਸ ਕਰਕੇ ਇੱਥੇ ਜਿਹੜੀਆਂ ਇੰਡਸਟਰੀਅਲ ਸੈਟਅਪ ਹੈ ਉਹ ਬਹੁਤ ਵਧੀਆ ਡਿਵੈਲਪ ਹੋਇਆ। ਸੋ ਅਗਲੀ ਜਿਹੜੀ ਅਸੀਂ ਗੱਲ ਕਰਦੇ ਹਾਂ ਵਿਦਿਆਰਥੀਓ ਕਿ ਉਹ ਸੂਤੀ ਕੱਪੜੇ ਦੀ ਜਿਹੜੀ ਸਨਅਤ ਹੈ, ਸਨਅਤ ਭਾਵ ਉਦਯੋਗ ਹੈ, ਸੋ ਉਹਨੂੰ ਜਿਹੜਾ ਕੱਚੇ ਮਾਲ ਦੀ ਜਿਹੜੀ ਢੋਆ ਢੁਆਈ ਅਤੇ ਤਿਆਰ ਕੱਪੜੇ ਜਿਹੜੇ ਉਹਨਾਂ ਦੀ ਢੋਆ ਢੁਆਈ ਲਈ ਜਿਹੜਾ ਉਹ ਬਹੁਤ ਅੰਤਰ ਨਹੀਂ ਹੈ। ਸੋ ਦੋਹੇ ਕਾਰਜ ਇੱਕੋ ਜਿਹੇ ਔਖੇ ਸੌਖੇ ਹਨ, ਜ ਇਸ ਲਈ ਉਤਪਾਦਨ ਕੇਂਦਰ ਜ਼ਿਆਦਾਤਰ ਉੱਥੇ ਸਥਾਪਿਤ ਕੀਤੇ ਜਾਂਦੇ ਹਨ ਜਿੱਥੇ ਸੂਤੀ ਕੱਪੜੇ ਦੀ ਖਪਤ ਬਹੁਤੀ ਹੋਵੇ। ਸੋ ਇਸੇ ਕਾਰਨ ਜਿਹੜਾ ਹੈਗਾ ਈਸਟਰਨ ਰੀਜਨਸ ਜਿਹੜੀ ਆਪਾਂ ਗੱਲ ਕੀਤੀ ਹੈ, ਕੋਲਕਾਤਾ ਬੇਲਗਾੜੀਆ, ਸੋ ਇਹਨਾਂ ਦੀ ਗੱਲ ਕੀਤੀ ਹੈ, ਸੋ ਇੱਥੇ ਵੀ ਜਿਹੜਾ ਸੂਤੀ ਕੱਪੜੇ ਦਾ ਜਿਹੜਾ ਵਪਾਰ ਹੈ ਉਹ ਬਹੁਤ ਵਧੀਆ ਪ੍ਰਫੁੱਲਿਤ ਹੈ। ਸੋ ਅੱਗੇ ਅਸੀਂ ਜਿਹੜਾ ਗੱਲ ਕਰਦੇ ਹਾਂ ਕਿ ਜਿੱਥੇ ਅਸੀਂ ਕੰਮ ਕਰਦੇ ਹਾਂ, ਸੋ ਜਦੋਂ ਕੰਮ ਕਰਦੇ ਹਾਂ ਤਾਂ ਸਮੱਸਿਆਵਾਂ ਵੀ ਆਉਂਦੀਆਂ ਨੇ। ਜਦੋਂ ਇੰਡਸਟਰੀਅਲ ਸੈਟਅਪ ਅਸੀਂ ਕਰਦੇ ਹਾਂ ਤਾਂ ਸਮੱਸਿਆਵਾਂ ਆਉਣੀਆਂ ਹੀ ਆਉਣੀਆਂ ਹੁੰਦੀਆਂ ਹਨ। ਸੋ ਉਹ ਕਿਹੜੀਆਂ ਕਿਹੜੀਆਂ ਸਮੱਸਿਆਵਾਂ ਹਨ ਕਿ ਅਸੀਂ ਜਿਹੜੀਆਂ ਉੱਤਮ ਦਰਜੇ ਦੀਆਂ ਜਿਹੜੀਆਂ ਕੁਆਲਿਟੀ ਬੇਸ ਜਿਹੜੀਆਂ ਅਸੀਂ ਉਹ ਮਸ਼ੀਨਾਂ ਨਹੀਂ ਲਗਾ ਸਕਦੇ, ਸੋ ਉਹਦੇ ਲਈ ਅਸੀਂ ਜਿਹੜੀ ਥੋੜ੍ਹੇ ਜਿਹੜੇ ਜਿਹੜੇ ਪੁਆਇੰਟਸ ਨੇ ਉਹ ਡਿਸਕਸ ਕਰਦੇ ਹਾਂ। ਸੋ ਸਭ ਤੋਂ ਪਹਿਲਾਂ ਜਿਹੜਾ ਪੁਆਇੰਟ ਹੈ ਵਿਦਿਆਰਥੀਓ, ਉਹ ਅਸੀਂ ਗੱਲ ਕਰਦੇ ਹਾਂ ਕਿ ਭਾਰਤ ਵਿੱਚ ਲੰਬੇ ਰੇਸ਼ਨ ਵਾਲੀ ਕਪਾਹ ਬਹੁਤ ਜਿਹੜੀ ਘੱਟ ਉਗਾਈ ਜਾਂਦੀ ਹੈ, ਸਿਰਫ ਜਿੱਥੇ ਕਾਲੀਆਂ ਮਿੱਟੀਆਂ ਨੇ ਸੋ ਉੱਥੇ ਹੀ ਅਸੀਂ ਲੰਬੇ ਰੇਸ਼ੇ ਵਾਲੀ ਜਿਹੜੀ ਕਪਾਹ ਹੈ ਉਹ ਉਗਾਉਂਦੇ ਹਾਂ। ਸੋ ਬਾਕੀ ਜਿਹੜੇ ਜਿਵੇਂ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਜਿਹੜਾ ਪਹਿਲਾਂ ਵਾਲਾ ਪੰਜਾਬ ਸੀਗਾ, ਸੋ ਉਦੋਂ ਪਾਕਿਸਤਾਨ ਵੀ ਨਾਲ ਹੀ ਹੁੰਦਾ ਸੀਗਾ, ਉਦੋਂ ਲੰਬੇ ਰੇਸ਼ੇ ਵਾਲੀ ਕਪਾਹ ਉਰੇ ਵੀ ਉਗਾਈ ਜਾਂਦੀ ਸੀ, ਪਰ ਜਦੋਂ ਸੇਮ ਦੀ ਪ੍ਰੋਬਲਮ ਆਈ ਇਸੇ ਤਰ੍ਹਾਂ ਹੀ, ਉਸ ਤੋਂ ਬਾਅਦ ਜਿਹੜੀ ਬੀਟੀ ਕਾਟਨ ਦੀ ਗੱਲ ਕਰਾਂਗੇ ਇੱਥੇ ਥੋੜ੍ਹੀ ਜਿਹੀ, ਜਦੋਂ ਬੀਟੀ ਕਾਟਨ ਆਇਆ ਤਾਂ ਬੀਟੀ ਕਾਟਨ ਦਾ ਮਤਲਬ ਕਿ ਬਾਇਓ ਜਿਹੜਾ ਟੈਕਨੋਲੋਜੀ ਨਾਲ ਪੇਟੈਂਟ ਕੀਤਾ ਹੋਇਆ ਕਾਟਨ। ਸੋ ਬੀਟੀ ਕਾਟਨ ਆਇਆ ਕਦੋਂ ਸੀਗਾ, ਇੰਟਰੋਡਿਊਸ ਕਦੋਂ ਕੀਤਾ ਸੀਗਾ, ਜਦੋਂ ਭਾਰਤ ਦੇ ਵਿੱਚ ਜਿਹੜੀ ਹੈਗੀ ਆ ਅਮਰੀਕਨ ਸੁੰਡੀ ਦਾ ਆਗਾਜ਼ ਹੋਇਆ ਸੀਗਾ। ਸੋ ਅਮਰੀਕਨ ਸੁੰਡੀ ਕੀ ਹੈ? ਅਮਰੀਕਨ ਸੁੰਡੀ ਹੈ ਜਿਹੜੀ ਉਹ ਕਾਟਨ ਦੀਆਂ ਜਿਹੜੇ ਕਾਟਨ ਬਾਲਸ ਨੇ ਜਿਨ੍ਹਾਂ ਨੂੰ ਅਸੀਂ ਟਿੰਡੇ ਕਹਿੰਦੇ ਹਾਂ ਕਾਟਨ ਦੇ, ਸੋ ਜਦੋਂ ਉਹ ਟਿੰਡਿਆਂ ਦੇ ਵਿੱਚ ਜਿਹੜੀ ਅਮਰੀਕਨ ਸੁੰਡੀ ਜਿਹੜੀ ਹੈਗੀ ਸੀ ਉਹ ਵੜ ਜਾਂਦੀ ਸੀ, ਪਤਾ ਵੀ ਨਹੀਂ ਬਾਹਰੋਂ ਜਿਹੜਾ ਟਿੰਡਾ ਬਹੁਤ ਸੋਹਣਾ ਲੱਗਦਾ ਸੀਗਾ ਪਰ ਉਹਦੇ ਉੱਪਰ ਜਿਹੜਾ ਹੈਗਾ ਕਾਟਨ ਹੈ ਜਿਹੜਾ ਉਹ ਨਹੀਂ ਆਉਂਦਾ ਸੀਗਾ, ਜਿਹੜਾ ਮਤਲਬ ਕਿ ਫੁੱਲ ਹੈ ਉਹ ਨਹੀਂ ਖਿੜਦਾ ਸੀਗਾ। ਸੋ ਕਾਰਨ ਕੀ ਸੀ ਕਿ ਉਹ ਫੁੱਲ ਨੂੰ ਜਿਹੜੇ ਟਿੰਡੇ ਦੇ ਫੁੱਲ ਜਿਹੜਾ ਵਿੱਚ ਮਟੀਰੀਅਲ ਹੁੰਦਾ ਹੈ ਉਸਨੂੰ ਪਹਿਲਾਂ ਹੀ ਖਾ ਜਾਂਦੀ ਸੀਗੀ। ਸੋ ਵਿਦਿਆਰਥੀਓ, ਸੋ ਇਹ ਸਮੱਸਿਆ ਨੂੰ ਨਜਿੱਠਣ ਦੇ ਲਈ ਸੋ ਸਾਇੰਟਿਸਟ ਨੇ ਜਦੋਂ ਮੀਟਿੰਗ ਕੀਤੀ, ਜਿਹੜੇ ਐਗਰੀਕਲਚਰ ਸਾਇੰਟਿਸਟ ਨੇ, ਸੋ ਦੇ ਇੰਟਰੋਡਿਊਸ ਦਾ ਬੀਟੀ ਕਾਟਨ। ਸੋ ਬਾਇਓਟੈਕਨੋਲੋਜੀ ਜਿਸਨੂੰ ਆਪਾਂ ਬੀਟੀ ਕਾਟਨ ਕਹਿ ਦਿੰਦੇ ਹਾਂ, ਸੋ ਉਹਦੇ ਨਾਲ ਉਹਨਾਂ ਨੇ ਸੀਡ ਤਿਆਰ ਕੀਤਾ। ਸੋ ਬੀਟੀ ਕਾਟਨ ਜਿਹੜੀ ਵਰਾਇਟੀ ਸੀਗੀ, ਸੋ ਉਹ ਸ਼ਾਰਟ ਹਾਈਟਡ ਉਹਨਾਂ ਨੇ ਜਿਹੜੀਆਂ ਵਰਾਇਟੀਜ਼ ਨੇ ਜਿਹੜੀਆਂ ਉਹ ਆਪਣੀਆਂ ਇੰਟਰੋਡਿਊਸ ਕੀਤੀਆਂ, ਸੋ ਜਿਹੜੀ ਦੇ ਉੱਪਰ ਕਿਸੇ ਵੀ ਸੁੰਡੀ ਦਾ ਜਿਹੜਾ ਅਸਰ ਨਹੀਂ ਹੁੰਦਾ।
ਸਰ ਥੋੜਾ ਜਿਹਾ ਮੈਂ ਇੱਥੇ এনवायरमेंट ਦਾ ਟੱਚ ਨਾਲ ਦੇਵਾਂਗਾ। ਸੋ ਜਿਵੇਂ ਆਪਾਂ ਕੋਵਿਡ-19 ਦੇ ਉਸ ਤੋਂ ਗੁਜ਼ਰ ਰਹੇ ਆ, ਸੋ ਮਹਾਮਾਰੀ ਦੇ ਵਿੱਚੋਂ ਗੁਜ਼ਰ ਰਹੇ ਆ, ਸੋ ਇੱਥੇ ਅੱਜ ਉਹ ਵਾਇਰਸ ਆ ਗਿਆ ਹੈ ਕਿ ਉਹ ਨਾ ਮੁਰਾਦ ਵਾਇਰਸ ਜਿਹਦਾ ਹਜੇ ਤੱਕ ਸਾਨੂੰ ਜਿਹੜਾ ਹੈ ਕੋਈ ਠੋਸ ਵੈਕਸੀਨ ਹੈ ਜਿਹੜੀ ਉਹ ਨਹੀਂ ਲੱਭੀ। ਬੇਸ਼ੱਕ ਪਿੱਛੇ ਜੇ ਬਾਬਾ ਰਾਮਦੇਵ ਜੀ ਨੇ ਇੱਕ ਮੈਡੀਸਨ ਇੰਟਰੋਡਿਊਸ ਕੀਤਾ ਸੀ, ਪਰ ਉਹ ਵੀ ਹਜੇ ਮਤਲਬ ਕਿ ਪੇਟੈਂਟ ਹੈ ਜਿਹੜੀ ਉਹ ਚੰਗੀ ਤਰ੍ਹਾਂ ਜਿਹੜੀਆਂ ਸਾਡੀਆਂ ਨੈਸ਼ਨਲ ਲੈਵਲ ਤੇ ਹੈ ਜਿਹੜਾ ਉਹ ਨਹੀਂ ਹੋਇਆ ਪਾਇਆ। ਪਰ ਜਿਵੇਂ ਆਪਾਂ ਕੋਵਿਡ-19 ਦੀ ਗੱਲ ਕਰਦੇ ਹਾਂ, ਸੋ ਬੀਟੀ ਕਾਟਨ ਜਦੋਂ ਇੰਟਰੋਡਿਊਸ ਕੀਤਾ ਗਿਆ ਤਾਂ ਉਸ ਤੋਂ ਬਾਅਦ ਕਹਿੰਦੇ ਆ ਵੀ ਜਿਹੜਾ ਕੁਦਰਤ ਹੈ ਉਹ ਜਿੰਨਾ ਅਸੀਂ ਜਿਹੋ ਜਿਹਾ ਕਰਦੇ ਹਾਂ ਤਾਂ ਉਹ ਹੈ ਜਾਂ, ਤਾਂ ਉਸ ਤੋਂ ਬਾਅਦ ਜਿਹੜੀ ਕਪਾਸ ਨੂੰ ਹੈ ਜਿਹੜੀ ਉਹ ਮਿਲੀ ਬੱਗ ਹੈ ਜਿਹੜੀ ਉਹ ਪੈਣ ਲੱਗ ਪਈ ਸੀਗੀ। ਸੋ ਲਗਾਤਾਰ ਕਈ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਪੰਜਾਬ ਦੇ ਵਿੱਚ, ਪਹਿਲਾਂ ਅਮਰੀਕਨ ਸੁੰਡੀ ਪਈ ਗਈ, ਉਸ ਤੋਂ ਬਾਅਦ ਮਿਲੀ ਬੱਗ ਆ ਗਈ, ਫਿਰ ਉਸ ਤੋਂ ਬਾਅਦ ਵਾਈਟ ਫਲਾਈਜ਼ ਜਿਹੜੀਆਂ ਚਿੱਟਾ ਮੱਛਰ ਜਿਹਨੂੰ ਆਪਾਂ ਕਹਿੰਦੇ ਹਾਂ, ਚਿੱਟਾ ਤੇਲਾ ਵੀ ਕਹਿ ਦਿੰਦੇ ਹੈਗੇ ਆ, ਚਿੱਟਾ ਤੇਲਾ ਆ ਗਿਆ, ਕਾਲਾ ਤੇਲਾ ਆ ਗਿਆ ਕਦੇ। ਇਸ ਕਰਕੇ ਜਿਹੜਾ ਪੰਜਾਬ ਵਰਗੇ ਜਿਹੜੇ ਸੂਬੇ ਸੀਗੇ, ਸੋ ਉੱਥੇ ਜਿਹੜਾ ਕਾਟਨ ਉਗਾਉਣਾ ਹੀ ਲੋਕਾਂ ਨੇ ਜਿਹੜਾ ਉਹ ਘੱਟ ਕਰ ਦਿੱਤਾ, ਵੀ ਇਸ ਤੇਲੇ ਤੋਂ ਜਿਹੜਾ ਹੈਗਾ ਉਹ ਰਾਤੋ ਰਾਤ ਹੈ ਜਿਹੜਾ ਪੱਤੇ ਹੈ ਜਿਹੜੇ ਉਹ ਝੜ ਜਾਂਦੇ ਸੀਗੇ, ਤੇ ਤੀਜੇ ਚੌਥੇ ਦਿਨ ਜਿਹੜਾ ਬੂਟਾ ਜਿਹੜਾ ਸਾਰੇ ਦਾ ਸਾਰਾ ਕਾਟਨ ਵਾਲਾ ਖੇਤ ਹੈ ਉਹ ਸੁੱਕਾ ਪਿਆ ਹੁੰਦਾ ਸੀਗਾ, ਬਿਲਕੁਲ ਸੁੱਕ ਜਾਂਦੇ ਸੀਗੇ ਬੂਟੇ। ਸੋ ਇਹ ਚੀਜ਼ਾਂ ਤੋਂ ਬਚਣ ਦੇ ਲਈ ਸੋ ਕਿਸਾਨ ਵਿਚਾਰਾ ਕੀ ਕਰੇ, ਸੋ ਕਿਸਾਨਾਂ ਨੇ ਜਿਹੜਾ ਹੈ ਕਾਟਨ ਲਗਾਉਣੀ ਹੀ ਛੱਡਤੀ। ਬਹੁਤ ਸਾਰੀਆਂ ਜਿਹੜੀਆਂ ਬੈਲਟਸ ਨੇ, ਜਿਹੜੀਆਂ ਕਾਟਨ ਬੈਲਟਸ ਨੇ, ਉਹ ਮੁੱਕਣ ਦੀ ਕਗਾਰ ਤੇ ਹੀ ਨੇ। ਸੋ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਆਪਾਂ ਕਿਸਾਨਾਂ ਨੂੰ, ਕਿਸਾਨ ਹੈ ਜਿਹੜਾ ਉਹ ਕਾਟਨ ਨਹੀਂ ਲਗਾਉਂਦਾ, ਕਿਉਂਕਿ ਉਸਦੇ ਅਲਟਰਨੇਟਿਵ ਉਹ ਕਹਿੰਦਾ ਵੀ ਜੀਰੀ ਚਾਹੇ ਘੱਟ ਹੋ ਜਾਵੇ, ਪਰ ਇਹਨੂੰ ਹੁੰਦਾ ਤਾਂ ਘੱਟ ਜਿਹੜਾ ਹੈਗਾ ਬਿਮਾਰੀਆਂ ਜਿਹੜੀਆਂ ਉਹ ਘੱਟ ਹੀ ਲੱਗਦੀਆਂ ਹੈਗੀਆਂ। ਸੋ ਇਹ ਕਾਰਨ ਨੇ ਜਿਹੜੇ ਕੁਛ ਕੁ, ਸੋ ਜਿਹੜੇ ਪੰਜਾਬ ਨੂੰ ਜਾਂ ਹੋਰ ਸੂਬਿਆਂ ਨੂੰ ਜਿਹੜਾ ਕਾਟਨ ਲਗਾਉਣ ਤੋਂ ਜਿਹੜਾ ਉਹ ਮਾਰ ਪਾਉਂਦੇ ਨੇ। ਸੋ ਸੈਕਿੰਡ ਜਿਹੜਾ ਕਾਰਨ ਹੈ, ਸੋ ਉਹ ਇਹ ਹੈ ਕਿ ਜ਼ਿਆਦਾ ਡਿਟੇਲ ਦੇ ਵਿੱਚ ਅਸੀਂ ਕਦੇ ਫੇਰ ਗੱਲ ਕਰਾਂਗੇ, ਸੋ ਇਹ ਬੜੀ ਲੰਬੀ ਚੌੜੀ ਗੱਲਬਾਤ ਹੈ ਕਾਟਨ ਟੈਕਸਟਾਈਲ ਦੇ ਬਾਰੇ, ਕਿਉਂਕਿ ਕਾਟਨ ਤੋਂ ਹੀ ਸ਼ੁਰੂਆਤ ਕਰਨੀ ਪੈਂਦੀ ਹੈ। ਸੋ ਦੂਸਰਾ ਜਿਹੜਾ ਸਾਡੇ ਜਿਹੜੇ ਕਾਰਖਾਨੇ ਨੇ ਉਹ ਪੁਰਾਣੀ ਹੈ ਜਿਹੜੀ ਟੈਕਨੋਲੋਜੀ ਦੇ ਹੈਗੇ ਨੇਗੇ, ਸੋ ਜਿਨ੍ਹਾਂ ਦੀ ਜਿਹੜੀ ਪ੍ਰੋਡਕਟੀਵਿਟੀ ਹੈ ਉਹ ਘੱਟ ਹੈ। ਸੋ ਪੁਰਾਣੀ ਮਸ਼ੀਨਰੀ ਨੂੰ ਬਦਲਣ ਦੀ ਜ਼ਰੂਰਤ ਲਈ ਹੈ ਜਿਹੜਾ ਸਾਨੂੰ ਉਹ ਬਹੁਤ ਹੀ ਸਾਰਾ ਜਿਹੜਾ ਪੈਸਾ ਚਾਹੀਦਾ ਹੈ, ਪੂੰਜੀ ਚਾਹੀਦੀ ਹੈ, ਬਟ ਸਾਡੀ ਜਿਹੜੀ ਗਵਰਨਮੈਂਟ ਹੈ ਕੁਝ ਜਿਹੜੇ ਮਤਲਬ ਕਿ ਅੱਛੇ ਜਿਹੜੇ ਪੈਕੇਜ ਹੈ ਜਿਹੜੀ ਉਹ ਇੰਡਸਟਰੀ ਨੂੰ ਨਹੀਂ ਦੇ ਪਾ ਰਹੀ ਹੈ। ਸੋ ਜਿਸ ਕਾਰਨ ਹੈ ਜਿਹੜੇ ਇੰਡਸਟਰੀ ਵਾਲੇ ਜਿਹੜੇ ਹੈਗੇ ਨੇ ਉਹ ਰਿਸਕ ਲੈ ਕੇ ਰਾਜੀ ਨਹੀਂ ਹੈਗਾ ਕਿ ਵੀ ਇੰਨੀ ਮਹਿੰਗੀ ਜਿਹੜੀ ਇੰਡਸਟਰੀ ਲਾ ਦਈਏ ਤਾਂ ਉਹਨਾਂ ਨੂੰ ਜਿਹੜਾ ਰਾ ਮਟੀਰੀਅਲ ਹੈ ਉਹ ਪੂਰਾ ਮਿਲੇ ਨਾ, ਤਾਂ ਉਹਨਾਂ ਦੀ ਜਿਹੜੀ ਪ੍ਰੋਡਕਸ਼ਨ ਹੈ ਉਹ ਘੱਟ ਜਾਵੇਗੀ, ਅਤੇ ਉਹਨਾਂ ਦੀ ਜਿਹੜੀ ਇਨੀਸ਼ੀਅਲ ਕੋਸਟ ਹੈ ਜਿਹੜੀ ਕਿ ਉਹਨਾਂ ਨੇ ਇਨਵੈਸਟਮੈਂਟ 'ਤੇ ਲਾਈ ਹੈ, ਸੋ ਉਹਦੇ ਜਿਹੜੀਆਂ ਜਿਹੜੇ ਮਤਲਬ ਕਿ ਪੈਸੇ ਉਹ ਮੁੜਨ ਨਾ ਮੁੜਨ। ਸੋ ਇਹ 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 ਜਿਹੜੀਆਂ ਬਹੁਤ ਸਾਰੀਆਂ ਕਾਰਨ ਨੇ ਜਿਨ੍ਹਾਂ ਕਰਕੇ ਜਿਹੜਾ ਹੈਗਾ ਕੋਈ ਵੀ ਇੰਡਸਟਰੀਲਿਸਟ ਹੈ ਸੋ ਉਹ ਅੱਗੇ ਪਹਿਲਕਦਮੀ ਨਹੀਂ ਕਰਦਾ। ਸੋ ਤੀਸਰਾ ਕਾਰਨ ਹੈ ਵਿਦਿਆਰਥੀ, ਉਹ ਅੱਜ ਕੱਲ੍ਹ ਜਿਹੜਾ ਸਾਡਾ ਜਿਵੇਂ ਕਹਿੰਦੇ ਨੇ ਮੰਮੀ ਤੋਂ ਮੋਮ ਹੋ ਗਿਆ, ਪਾਪਾ ਤੋਂ ਪੌਪ ਹੋ ਗਿਆ, ਤਾਂ ਮੈਂ ਇੱਥੇ ਗੱਲ ਕਰੂੰਗਾ ਕਿ ਸੂਤੀ ਕੱਪੜੇ ਦਾ ਵੀ ਅੱਜ ਕੀ ਹੋ ਗਿਆ, ਰੈਡੀਮੇਡ ਜਿਹੜਾ ਕੱਪੜਾ ਹੋ ਗਿਆ, ਠੀਕ ਹੈ। ਸੋ ਰੈਡੀਮੇਡ ਜਿਹੜਾ ਕਲਚਰ ਨੇ, ਸੋ ਉਸ 'ਤੇ ਜਗ੍ਹਾ ਜਿਹੜਾ ਰੈਡੀਮੇਡ ਕਲਚਰ ਸਾਡੇ ਵਿੱਚ ਆ ਗਿਆ, ਰੈਡੀਮੇਡ ਜਿਹੜੇ ਕੱਪੜੇ ਆ ਗਏ, ਤਾਂ ਉੱਥੇ ਸੂਤੀ ਕੱਪੜਿਆਂ ਨੂੰ ਬਹੁਤ ਜਿਹੜੀ ਹੈ ਉਹ ਮਾਰ ਪਈ। ਸੋ ਜਿਸ ਦੇ ਕਾਰਨ ਜਿਹੜਾ ਉਸ ਤੋਂ ਇਲਾਵਾ ਜਿਹੜਾ ਸਿੰਥੈਟਿਕ ਰੇਸ਼ੇ ਪੋਲੀਸਟਰ ਵਰਗਾ ਕੱਪੜਾ ਹੈ ਜਿਹੜਾ ਸੋ ਬਾਜ਼ਾਰ ਦੇ ਵਿੱਚ ਮਿਲ ਰਿਹਾ ਹੈ, ਅਤੇ ਸੂਤੀ ਕੱਪੜੇ ਦੇ ਕੰਪੈਰੇਟਿਵਲੀ ਉਹ ਬਹੁਤ ਸਸਤਾ ਪੈ ਰਿਹਾ ਹੈ। ਸੋ ਲੋਕਾਂ ਦਾ ਜਿਹੜਾ ਝੁਕਾਵ ਹੈ, ਬੇਸ਼ੱਕ ਉਹ ਸਾਡੇ ਸਰੀਰ ਨੂੰ ਬਹੁਤ ਸਾਰੇ ਜਿਹੜਾ ਨੁਕਸਾਨ ਹੈ ਉਹ ਕਰ ਰਿਹਾ ਹੈ, ਸਿੰਥੈਟਿਕ ਹੈ, ਜਦੋਂ ਨਾਮ ਸਿੰਥੈਟਿਕ ਦੀ ਗੱਲ ਆ ਜਾਂਦੀ ਹੈ, ਸੋ ਉੱਥੇ ਜਿਹੜਾ ਹੈਗਾ ਉਹ ਸਾਡਾ ਕਿਤੇ ਨਾ ਕਿਤੇ ਖਰਾਬੀ ਵਾਲੀ ਗੱਲ ਆ ਜਾਂਦੀ ਹੈਗੀ ਹੈ। ਸੋ ਸਿੰਥੈਟਿਕ ਰੇਸ਼ਾ ਜਿਹੜਾ ਉਹ ਬੇਸ਼ੱਕ ਸਸਤਾ ਹੈ ਅਤੇ ਪਰ ਉਹ ਟਿਕਾਊ ਨਹੀਂ ਹੈ, ਜਿਸ ਕਾਰਨ ਟਿਕਾਊ ਇੱਥੇ ਮੈਂ ਇਸ ਤਰ੍ਹਾਂ ਕਹਿ ਰਿਹਾ ਕਿਉਂਕਿ ਜਿਹੜਾ ਆਪਾਂ ਇਹਦੇ ਵਿੱਚ ਸਾਰੇ ਫੈਕਟਰਸ ਦੇਖਣੇ ਹੈ। ਸੋ ਇਹਦੇ ਵਿੱਚ ਅਸੀਂ ਲੌਂਗੇਵਿਟੀ ਵੀ ਦੇਖਣੀ ਹੈ, ਸਿਹਤ ਵੀ ਦੇਖਣੀ ਹੈ। ਜੇਕਰ ਇੱਕ ਫੈਕਟਰ ਨੂੰ ਹੀ ਚੱਕ ਲਈਏ, ਜਿਵੇਂ ਸਿੰਥੈਟਿਕ ਰੇਸ਼ੇ ਦਾ ਇੱਕ ਫੈਕਟਰ ਚੱਕ ਲਈਏ ਕਿ ਉਹ ਗਲਦਾ ਨਹੀਂ, ਲੰਬਾ ਸਿਰ ਚੱਲ ਜਾਂਦਾ, ਪਰ ਦੂਸਰਾ ਜੇ ਕੌਜ਼ ਹੈ ਉਹ ਇਹ ਹੈ ਕਿ ਉਹਦਾ ਇਨਵਾਇਰਮੈਂਟ 'ਤੇ ਤਾਂ ਅਸਰ ਪੈ ਹੀ ਪਿਆ ਰਿਹਾ। ਸੋ ਬਹੁਤ ਸਾਰੀ ਜਿਹੜੀਆਂ ਸਿੰਥੈਟਿਕਸ ਨੇਗੇ ਉਹ ਗਲਦੇ ਹੀ ਨਹੀਂ ਸਾਡੇ ਜ਼ਮੀਨ ਦੇ ਵਿੱਚ। ਸੋ ਕਿਤੇ ਨਾ ਕਿਤੇ ਲੰਬੀ ਚੌੜੀ ਡਿਸਕਸ਼ਨ ਹੈ
ਸੋ ਇਸ ਕਰਕੇ ਮੈਂ ਇੱਥੇ ਨਹੀਂ ਕਹੂੰਗਾ ਕਿ ਸੂਤੀ ਕੱਪੜੇ ਦਾ ਜਿਹੜਾ ਨੂੰ ਸਿੰਥੈਟਿਕ ਰੇਸ਼ੇ ਦਾ ਜਿਹੜਾ ਮੁਕਾਬਲਾ ਉਹ ਕਰਨਾ ਪੈ ਰਿਹਾ। ਸੋ ਅਸੀਂ ਸੂਤੀ ਕੱਪੜੇ ਨੂੰ ਤਿਆਗ ਕੇ ਸਿੰਥੈਟਿਕ ਵਾਲਾ ਜਿਹੜਾ ਉਹ ਜ਼ਿਆਦਾ ਰੁਝਾਨ ਕਰਨ ਲੱਗ ਪਏ ਹਾਂ। ਸੋ ਉਸ ਕਾਰਨ ਹੈ ਜਿਹੜਾ। ਸੋ ਮੈਂ ਇੱਥੇ ਇੱਕ ਥੋੜ੍ਹੀ ਜਿਹੀ ਇੱਕ ਹੋਰ ਐਗਜ਼ਾਮਪਲ ਹੈ ਜਿਹੜੀ ਉਹ ਮੈਂ ਸਟੱਡੀ ਕਰੂੰਗਾ। ਸੋ ਉਹ ਐਗਜ਼ਾਮਪਲ ਦੇ ਵਿੱਚ ਕੀ ਹੈ ਕਿ ਉਸ ਐਗਜ਼ਾਮਪਲ ਦੇ ਵਿੱਚ ਕੀ ਹੈ ਕਿ ਘਰਾਂ ਦੇ ਵਿੱਚ ਜਦੋਂ ਛੋਟੇ ਬੱਚੇ ਦਾ ਜਿਹੜਾ ਜਨਮ ਹੁੰਦਾ ਹੈ, ਸੋ ਪਹਿਲਾਂ ਜਿਹੜੀਆਂ ਬੀਬੀਆਂ ਸੀਗੀਆਂ, ਔਰਤਾਂ ਸੀਗੀਆਂ, ਸੋ ਉਹ ਬੱਚੇ ਦੇ ਥੱਲੇ ਹੈ ਜਿਹੜਾ ਉਹ ਇੱਕ ਸੂਤੀ ਕੱਪੜੇ ਦਾ ਜਿਹੜਾ ਵਿਛਾ ਕੇ ਰੱਖਦੀਆਂ ਸੀ। ਪਰ ਮੈਂ ਹੁਣ ਕਈ ਥਾਵਾਂ ਤੇ ਦੇਖਦਾ ਗਾ ਤੇ ਉਸ ਬੱਚੇ ਦੇ ਥੱਲੇ ਅਸੀਂ ਇੱਕ ਪਲਾਸਟਿਕ ਸ਼ੀਟ ਹੀ ਵਿਛਾਈ ਹੁੰਦੀ ਹੈ, ਪਲਾਸਟਿਕ ਦੀ ਇੱਕ ਸ਼ੀਟ ਕਿ ਸਾਡੇ ਜਿਹੜੇ ਬੈਡਸ ਨੇ ਉਹ ਖਰਾਬ ਨਾ ਹੋਣ। ਸੋ ਇਹ ਜਿਹੜਾ ਇੱਕ ਹੈਲਥ ਆਪਾਂ ਕਹਿ ਸਕਦੇ ਹਾਂ, ਇੱਕ ਹੈਲਥ ਨੂੰ ਜਿਹੜਾ ਖਰਾਬ ਕਰਨ ਵਾਲਾ ਕਾਰਨ ਕਹਿ ਸਕਦੇ ਹਾਂ। ਸੋ ਇਹ ਬਹੁਤ ਸਾਰੇ ਜਿਹੜੇ ਹੋਰ ਕਾਰਨ ਵੀ ਨੇ, ਸੋ ਮੈਂ ਨਾਲ ਕੋਰਲੇਟ ਕੀਤੀ ਹੈ ਤੁਹਾਡੀ ਜਿਹੜੀ ਆਮ ਜ਼ਿੰਦਗੀ ਦੇ ਨਾਲ। ਸੋ ਸੂਤੀ ਕੱਪੜੇ ਨੂੰ ਸਿੰਥੈਟਿਕ ਦਾ ਮੁਕਾਬਲਾ ਕਰਨਾ ਪੈ ਰਿਹਾ। ਸੋ ਅਗਲੇ ਜਿਹੜੀ ਪੁਆਇੰਟ ਤੇ ਚੱਲਦੇ ਹਾਂ ਕਿ ਭਾਰਤ ਨੂੰ ਜਿਹੜਾ ਅੰਤਰਰਾਸ਼ਟਰੀ ਮੰਡੀ ਜਿਵੇਂ ਬੰਗਲਾਦੇਸ਼, ਚੀਨ, ਜਾਪਾਨ ਤੇ ਇੰਗਲੈਂਡ ਵਰਗੇ ਜਿਹੜੇ ਦੇਸ਼ਾਂ ਦਾ ਜਿਹੜਾ ਮੁਕਾਬਲਾ ਕਰਨਾ ਪੈ ਰਿਹਾ। ਸੋ ਜਿਨ੍ਹਾਂ ਦਾ ਜਿਹੜਾ ਕੱਚਾ ਮਾਲ ਹੈ ਭਾਰਤੀ ਕੱਚੇ ਮਾਲ ਤੋਂ ਬਿਹਤਰ ਹੋਣ ਕਾਰਨ ਜਿਹੜਾ ਉਤਪਾਦਨ ਦੇ ਕਈ ਪੱਖਾਂ ਤੋਂ ਬਿਹਤਰ ਹੁੰਦਾ ਹੈ। ਸੋ ਇਸ ਕਰਕੇ ਸਾਨੂੰ ਜਿਹੜਾ ਬਹੁਤ ਸਾਰਾ ਜਿਹੜਾ ਫੋਰਨ ਦੇ ਵਿੱਚ ਜਿਹੜੀ ਉਹ ਮਾਤ ਪੈ ਰਹੀ ਹੈ। ਸੋ ਜਦੋਂ ਅਸੀਂ ਫੋਰਨ ਨੂੰ ਇੰਪੋਰਟ ਐਕਸਪੋਰਟ ਕਰਦੇ ਹਾਂ। ਸੋ ਅੱਗੇ ਦੇ ਹੱਲ ਕੀ ਨੇ ਵਿਦਿਆਰਥੀਓ, ਕਿਉਂਕਿ ਜਿੱਥੇ ਮੁਸ਼ਕਲਾਂ ਹੁੰਦੀਆਂ ਨੇ ਤਾਂ ਹੱਲ ਹੁੰਦੇ ਹੀ ਹੁੰਦੇ ਨੇਗੇ। ਸੋ ਇਨਸਾਨ ਦਾ ਜਿਹੜਾ ਸਾਡੇ ਸਾਇੰਟਿਸਟ ਬੈਠੇ ਨੇ ਜਾਂ ਜਿਵੇਂ ਤੁਸੀਂ ਜੋਗ੍ਰਾਫਰਸ ਹੈਗੇ ਹੋ ਸਟੂਡੈਂਟਸ, ਤਾਂ ਤੁਸੀਂ ਜਿਹੜੇ ਹੱਲ ਹੈ ਉਹ ਕੱਢਣੇ ਹੀ ਕੱਢਣੇ ਹੁੰਦੇ ਆ। ਬੜੇ ਬੜੇ ਇੰਡਸਟਰੀਸ ਤੋਂ ਸਾਰੇ ਇੰਜੀਨੀਅਰਸ ਵਗੈਰਾ ਹੱਲ ਕੱਢਦੇ ਹੀ ਕੱਢਦੇ ਆ। ਸੋ ਅਸੀਂ ਇਹ ਸਾਡੇ ਕੋਲ ਕੀ ਹੱਲ ਨੇ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਨਵੀਂ ਤਕਨੋਲੋਜੀਆਂ ਵਾਲੀਆਂ ਜਿਹੜੀਆਂ ਮਸ਼ੀਨਾਂ ਮਸ਼ੀਨਰੀ ਜਿਹੜੀ ਆ ਉਹ ਇੰਟਰੋਡਿਊਸ ਕਰੇ। ਜਿਹੜੇ ਇੰਡਸਟਰੀਸਟ ਨੇਗੇ ਉਹਨਾਂ ਨੂੰ ਸੋਹਣੇ ਸੋਹਣੇ ਪੈਕੇਜ ਦੇ ਕੇ ਮਜ਼ਦੂਰਾਂ ਨੂੰ ਵੀ ਜਿਹੜੀ ਸਿਖਲਾਈ ਦੇ ਕੇ ਜਿਹੜੀ ਨਵੀਂ ਸਿਖਲਾਈ ਦੇ ਕੇ, ਸੋ ਉਹਨਾਂ ਨੂੰ ਅਸੀਂ ਕੀ ਹੈ ਇਸ ਦੇ ਇੰਡਸਟਰੀ ਨੂੰ ਹੋਰ ਵਧੀਆ ਜਿਹੜਾ ਸੈਟਅਪ ਕਰ ਸਕਦੇ ਹਾਂ। ਸੋ ਸੈਕਿੰਡ ਦੇ ਵਿੱਚ ਅਸੀਂ ਜਿਹੜੀ ਗੱਲ ਕਰਦੇ ਹਾਂ, ਸੋ ਉਦਯੋਗ ਨੂੰ ਆਧੁਨਿਕ ਬਣਾਉਣ ਲਈ ਸਾਨੂੰ ਜਿਹੜੀ ਸਸਤੇ ਵਿਆਜ ਅਤੇ ਕਰਜ਼ੇ, ਸੋ ਇਹ ਆਲਰੇਡੀ ਅਸੀਂ ਡਿਸਕਸ ਕਰ ਚੁੱਕੇ ਹਾਂ। ਸੋ ਤੀਸਰਾ ਜਿਹੜਾ ਕੱਚੇ ਮਾਲ ਤੇ ਬਿਜਲੀ ਦੇ ਮਜ਼ਦੂਰਾਂ ਦੀ ਜਿਹੜੀ ਲਗਾਤਾਰ ਪੂਰਤੀ ਹੋਣੀ ਚਾਹੀਦੀ ਹੈ। ਸੋ ਸਾਨੂੰ ਜਿਹੜੇ ਜਿਵੇਂ ਸਕਿੱਲ ਇੰਡੀਆ ਦੀ ਗੱਲ ਕਰਦੀ ਹੈ, ਸਾਡੇ ਮੋਦੀ ਜੀ ਨੇ ਪ੍ਰੋਜੈਕਟ ਚਲਾਇਆ ਮੇਕ ਇਨ ਇੰਡੀਆ ਦੀ ਅਸੀਂ ਗੱਲ ਕਰਦੇ ਪਏ ਹਾਂ। ਸੋ ਉਹ ਪ੍ਰੋਜੈਕਟ ਹਾਲੇ ਮੈਂ ਇਹ ਕਹੂੰਗਾ ਜੀ ਤਜਰਬਾ ਇਹ ਕਹੂੰਗਾ ਕਿ ਬਹੁਤ ਸਕਸੈਸ ਰੇਟ ਨਹੀਂ ਮਿਲ ਰਿਹਾ ਉਹਨਾਂ ਨੂੰ, ਪਰ ਜਿਹੜੀ ਅਪਰੋਚ ਅੱਛੀ ਹੈ ਅਪਰੋਚ ਅੱਛੀ ਹੈ। ਸੋ ਇਸ ਅਪਰੋਚ ਅੱਛੀ ਅਪਰੋਚ ਹੋਣ ਦੇ ਕਾਰਨ ਜਿਹੜੇ ਚਾਹੀਦਾ ਹੈ ਕਿ ਸਾਨੂੰ ਸਕਿੱਲ ਇੰਡੀਆ ਦਾ ਜਿਹੜਾ ਮੂਵਮੈਂਟ ਚੱਲ ਰਹੀ ਹੈ ਉਹਦੇ ਵਿੱਚ ਬੱਚੇ ਬੱਚੇ ਨੂੰ ਜਿਹੜਾ ਰੁਜ਼ਗਾਰ ਪ੍ਰਾਪਤੀ ਦੇ ਜਿਹੜੇ ਉਪਰਾਲੇ ਚੱਲ ਰਹੇ ਹਨ, ਸੋ ਉਸਦੇ ਵਿੱਚ ਜਿਹੜੇ ਸਪਿਨਿੰਗ ਵਰਗੀਆਂ ਜਿਹੜੀਆਂ ਟ੍ਰੇਡਸ ਨੇਗੀਆਂ, ਕਾਟਨ ਟੈਕਸਟਾਈਲ ਸੰਬੰਧੀ ਜਿਹੜੀਆਂ ਟ੍ਰੇਨਿੰਗਸ ਨੇਗੀਆਂ ਉਹ ਬੱਚਿਆਂ ਨੂੰ ਲਗਾਈਆਂ ਜਾਣ ਤਾਂ ਕਿ ਉਹਨਾਂ ਨੂੰ ਰੁਜ਼ਗਾਰ ਵੀ ਮਿਲ ਸਕੇ। ਐਂਡ ਦੈਨ ਜਿਹੜੇ ਬਿਜਲੀ ਹੈ ਦੀ ਆਪਾਂ ਗੱਲ ਕਰਦੇ ਹਾਂ, ਸੋ ਬਿਜਲੀ ਹੈ ਜਿਹੜੀ ਆਲਰੇਡੀ ਅਸੀਂ ਜਿਹੜੇ ਸੋਲਰ ਪਾਵਰ ਪ੍ਰੋਜੈਕਟਸ ਨੇ ਇੰਟਰੋਡਿਊਸ ਕਰ ਰਹੇ ਹਾਂ, ਸੋ ਪਹਿਲਾਂ ਦੇ ਭਾਰਤ ਅਤੇ ਹੁਣ ਦੇ ਭਾਰਤ ਨਾਲੋਂ ਲਗਾਤਾਰ ਹੈ ਜਿਹੜਾ ਉਹ ਫਰਕ ਪਈ ਜਾਂਦਾ ਹੈਗਾ। ਸੋ ਜਿਹੜੀ ਕੱਚੇ ਮਾਲ ਦੀ ਗੱਲ ਕਰਦੇ ਹਾਂ, ਸੋ ਜੇਕਰ ਸਾਡੀ ਸਰਕਾਰ ਹੈ ਜਿਹੜੀ ਉਹ ਕਿਸਾਨਾਂ ਨੂੰ ਇੰਟਰੋਡਿਊਸ ਕਰੇਗੀ ਕਿ ਤੁਸੀਂ ਅਸੀਂ ਜਿਹੜੀਆਂ ਕਾਟਨ ਮਿਲਸ ਇੰਟਰੋਡਿਊਸ ਕਰ ਰਹੇ ਹਾਂ ਅਤੇ ਤੁਸੀਂ ਇਹ ਜਿਹੜਾ ਕਾਟਨ ਲਗਾਓ ਅਤੇ ਤੁਹਾਡਾ ਜਿਹੜਾ ਆਹ ਰੇਟ ਹੋਏਗਾ, ਮਿਨੀਮਮ ਸਪੋਰਟ ਪ੍ਰਾਈਜ਼ ਹੈ ਜਿਹੜਾ ਤੁਹਾਨੂੰ ਮਿਲੇਗਾ ਮਿਲੇਗਾ। ਸੋ ਮਿਨੀਮਮ ਸਪੋਰਟ ਪ੍ਰਾਈਜ਼ ਵਿਦਿਆਰਥੀ ਉਹ ਜਿਹੜਾ ਸਰਕਾਰ ਨੀਯਤ ਕਰਦੀ ਹੈ ਕਿ ਇੰਨਾ ਪ੍ਰਾਈਜ਼ ਤੁਹਾਨੂੰ ਮਿਲੇਗਾ ਹੀ ਮਿਲੇਗਾ, ਲਗਾਓ ਤੁਸੀਂ। ਬਟ ਜਦੋਂ ਮਿਨੀਮਮ ਜਿਹੜਾ ਪ੍ਰਾਈਜ਼ ਇੰਟਰੋਡਿਊਸ ਨਹੀਂ ਹੁੰਦਾ, ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਫਸਲਾਂ ਨੇ ਜਿਨ੍ਹਾਂ ਦਾ ਮਿਨੀਮਮ ਸਪੋਰਟ ਪ੍ਰਾਈਜ਼ ਹੈ ਹੀ ਨਹੀਂ। ਫੋਰ ਐਗਜ਼ਾਮਪਲ ਹੈ ਜਿਹੜੀਆਂ ਸਾਡੀਆਂ ਜਿਵੇਂ ਅਸੀਂ ਲਗਾ ਦਈਏ ਕਿ ਲਾਲ ਮਿਰਚਾਂ ਜਿਹੜੀਆਂ ਉਗਾਉਣੀਆਂ, ਹੁਣ ਸੀਜ਼ਨ ਚੱਲ ਰਿਹਾ ਤਾਂ ਉਹ ਰੋਜ਼ ਹੀ ਉਹ ਘੱਟਦੀਆਂ ਵੱਧਦੀਆਂ ਰਹਿੰਦੀਆਂ ਨੇ। ਸੋ ਜਿਹੜਾ ਕਿਸਾਨ ਹੈ ਜੇ ਵੱਧ ਲਾ ਲਏ ਤਾਂ ਉਹਨੂੰ ਨੁਕਸਾਨ ਹੋ ਜਾਂਦਾ ਹੈ। ਸੋ ਇਸ ਕਰਕੇ ਕੋਈ ਨਾ ਕੋਈ ਜਿਹੜੀਆਂ ਐਸਾ ਪਾਲਿਸੀ ਮੈਟਰ ਹੋਣਾ ਬਣਨਾ ਚਾਹੀਦਾ ਹੈ ਕਿ ਕਿਸਾਨ ਵੀ ਉਹਨੇ ਖਿੱਤੇ 'ਚ ਹੀ ਲਗਾਵੇ ਜਿਸ ਨਾਲ ਉਹਨੂੰ ਚੰਗਾ ਪ੍ਰਾਈਜ਼ ਵੀ ਮਿਲ ਜਾਵੇ ਅਤੇ ਉਹਦੇ ਜਿਹੜੇ ਉਹਨੂੰ ਚੰਗੇ ਜਿਹੜੇ ਰਿਜ਼ਲਟਸ ਵੀ ਜਿਹੜੇ ਉਹ ਮਿਲ ਜਾਣ। ਸੋ ਇਸੇ ਤਰ੍ਹਾਂ ਹੀ ਮਜ਼ਦੂਰਾਂ ਨੂੰ ਹੈ ਜਿਹੜਾ ਉਹ ਮਜ਼ਦੂਰ ਜਿਹੜਾ ਸਕਿੱਲ ਇੰਡੀਆ ਜਿਹੜਾ ਪ੍ਰੋਜੈਕਟ ਹੈ ਉਹ ਜੁਆਇਨ ਕਰੇ ਤਾਂ ਉਹਨੂੰ ਇੱਕ ਸ਼ਿਓਰਿਟੀ ਮਿਲੇ ਕਿ ਮੈਨੂੰ ਜਿਹੜੀ ਇਹ ਕਾਟਨ ਟੈਕਸਟਾਈਲ ਮਿਲ ਦੇ ਵਿੱਚ ਹੈ ਜਿਹੜਾ ਉਹ ਨੌਕਰੀ ਮਿਲ ਜਾਏਗੀ।
ਸੋ ਬਹੁਤ ਸਾਰਾ ਜਿਹੜਾ ਯੂਥ ਹੈ ਉਸ ਇਸ ਮੌਕੇ ਤੇ ਭਟਕ ਰਿਹਾ ਹੈ। ਸੋ ਕੋਈ ਫੌਜੀਆਂ ਦੀ ਭਰਤੀ ਦੇ ਵਿੱਚ ਕਤਾਰ ਦੇ ਵਿੱਚ ਖੜਾ ਹੈ, ਸੋ ਕੋਈ ਮਜ਼ਦੂਰੀ ਦੀ ਕਤਾਰ ਦੇ ਵਿੱਚ ਖੜਾ ਹੈ। ਸੋ ਇਹ ਸਾਰੀਆਂ ਸਮੱਸਿਆ ਨੂੰ ਨਜਿੱਠਣ ਵਾਸਤੇ ਸਾਨੂੰ ਕੋਈ ਇੱਕ ਪੋਲਿਸੀ ਮੈਟਰ ਚਾਹੀਦਾ ਹੈ, ਜਿਸ ਕਾਰਨ ਜਿਹੜਾ ਹੈਗਾ ਸੋ ਉਹਦੇ ਇੰਡਸਟਰੀਅਲ ਸੈਟਅਪ ਵੀ ਚੰਗਾ ਹੋ ਜਾਏਗਾ। ਜਿਵੇਂ ਕਾਟਨ ਟੈਕਸਟਾਈਲ ਦੇ ਅਸੀਂ ਗੱਲ ਕਰ ਰਹੇ ਹਾਂ ਤਾਂ ਉਹਦਾ ਜਿਹੜਾ ਸੈਟਅਪ ਹੈ ਉਹ ਚੰਗਾ ਹੋ ਜਾਏਗਾ ਤੇ ਸਾਨੂੰ ਜਿਹੜੇ ਲੋਕਾਂ ਨੂੰ ਹੈ ਜਿਹੜਾ ਉਹ ਰੁਜ਼ਗਾਰ ਦੀ ਪ੍ਰਾਪਤੀ ਵੀ ਉਹ ਚੰਗੀ ਮਿਲ ਜਾਏਗੀ ਤੇ ਸਾਡੇ ਸਾਰੇ ਹੱਲ ਆਪਾਂ ਜਿਹੜੀ ਗੱਲ ਕਰ ਰਹੇ ਹਾਂ ਕਾਟਨ ਟੈਕਸਟਾਈਲ ਇੰਡਸਟਰੀ ਨੂੰ ਬਿਲਡ ਅਪ ਕਰਨ ਵਾਸਤੇ। ਦੈਨ ਦਾ ਫੋਰਥ ਪੁਆਇੰਟ ਵੀ ਆਰ ਗੋਇੰਗ ਟੂ ਡਿਸਕਸ ਕਿ ਤਿਆਰ ਮਾਲ ਦੀਆਂ ਜਿਹੜੀਆਂ ਕੀਮਤਾਂ ਘੱਟ ਰੱਖਣ ਲਈ ਸਨਅਤੀ ਉਤਪਾਦਨ ਵਧਾਇਆ ਜਾਣਾ ਚਾਹੀਦਾ ਹੈ। ਸੋ ਉਹਨੂੰ ਉਤਸ਼ਾਹਿਤ ਕੀਤਾ ਜਾਣਾ ਬਹੁਤ ਜ਼ਰੂਰੀ ਹੈ। ਸੋ ਮਾਰਕੀਟ ਐਂਡ ਟ੍ਰੇਡ ਸੋ ਉਹ ਸਾਈਮਲਟੇਨੀਅਸਲੀ ਹੈ ਜਿਹੜੇ ਉਹ ਬਹੁਤ ਵਧੀਆ ਹੋਣੇ ਚਾਹੀਦੇ ਹੈਗੇ ਨੇ। ਸੋ ਜੇਕਰ ਅਸੀਂ ਭਾਰਤ ਦੀ ਗੱਲ ਕਰੀਏ ਤਾਂ ਭਾਰਤ ਨੇ ਸਾਲ 2013-14 ਵਿੱਚ 9 ਅਰਬ 92 ਕਰੋੜ ਤੇ $58 ਲੱਖ ਜਿਹਨੂੰ ਅਸੀਂ 99.25.8 ਮਿਲੀਅਨ ਅਮਰੀਕੀ ਡਾਲਰ ਦੇ ਵਜੋਂ ਅਸੀਂ ਕਹਿ ਸਕਦੇ ਹਾਂ ਤਾਂ ਸੂਤੀ ਕੱਪੜਾ ਜਿਹੜਾ ਉਹਨੇ ਬਰਾਮਦ ਕੀਤਾ ਅਤੇ ਜਰਮਨੀ ਤੇ ਇਟਲੀ ਨੂੰ ਪਿੱਛੇ ਛੱਡਦਿਆਂ ਹੋਇਆ ਭਾਰਤ ਸੰਸਾਰ ਦਾ ਦੂਸਰਾ ਸਭ ਤੋਂ ਵੱਡਾ ਜਿਹੜਾ ਕੱਪੜਾ ਬਰਾਮਦਕਾਰ ਜਿਹੜਾ ਹੈਗਾ ਉਹ ਦੇਸ਼ ਬਣ ਗਿਆ। ਸੋ ਚੀਨ ਭਾਰਤ ਦੇ ਕੱਪੜੇ ਦਾ ਸਭ ਤੋਂ ਵੱਡਾ ਜਿਹੜਾ ਬਰਾਮਦਕਾਰ ਸੀ ਦੇਸ਼ ਹੈ ਤੇ ਇਸ ਤੋਂ ਇਲਾਵਾ ਬੰਗਲਾਦੇਸ਼, ਮਿਸਰ, ਤਾਇਵਾਨ, ਹਾਂਗਕਾਂਗ ਵੀ ਭਾਰਤੀ ਕੱਪੜੇ ਦੀ ਜਿਹੜੀ ਦਰਾਮਦਕਾਰੀ ਉਹ ਕਰਦਾ ਹੈ। ਸੋ ਇਹ ਥੋੜ੍ਹਾ ਜਿਹਾ ਉਹਦੇ ਇਹ ਚੇਂਜ ਹੁੰਦਾ ਰਹਿੰਦਾ ਹੈ ਟ੍ਰੇਡ, ਕਿਉਂਕਿ ਦੇ 2013-14 ਦੇ ਜਿਹੜੇ ਅੰਕੜੇ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ ਹੈ। ਸੋ 2020 ਦੀ ਸਥਿਤੀ ਕੀ ਹੈ, ਸੋ ਉਹ ਦੇਸ਼ ਦੀ ਜਿਹੜੇ ਅੱਗੇ ਨੀਤੀਆਂ ਤੇ ਡਿਪੈਂਡ ਕਰਦਾ ਹੈ ਕਿ ਜਿਵੇਂ ਹੁਣ ਅਸੀਂ COVID-19 ਦੀ ਸਮੱਸਿਆ ਚੋਂ ਗੁਜ਼ਰੇ ਹਾਂ ਤਾਂ ਬਹੁਤ ਸਾਰੇ ਜਿਹੜੇ ਦੇਸ਼ ਨੇ ਉਹ ਚੀਨ ਨਾਲ ਖਫਾ ਨੇ। ਸੋ ਕਾਰਨ ਕੀ ਨੇ, ਸੋ ਅੰਦਰੂਨੀ ਕਾਰਨ ਕੀ ਨੇ, ਸ਼ਾਇਦ ਮੈਨੂੰ ਲੱਗਦਾ ਵੀ 2-4 ਸਾਲ ਬਾਅਦ ਇਹ ਰਿਜ਼ਲਟ ਜਿਹੜੇ ਸਾਹਮਣੇ ਆਉਣਗੇ ਵੀ ਕਿ ਕੀ ਗੱਲਬਾਤ ਸੀ ਤੇ ਕੀ। ਸੋ ਤੁਸੀਂ ਜਿਹੜਾ ਹੈਗਾ ਉਹ ਲੇਟੈਸਟ ਜਿਹੜੀਆਂ ਖਬਰਾਂ ਦੇ ਨਾਲ ਲੇਟੈਸਟ ਇਕਨੋਮੀ ਦੇ ਨਾਲ ਜੁੜਿਆ ਕਰੋ। ਸੋ ਇੱਥੇ ਜਿਹੜੇ ਬਹੁਤ ਸਾਰੇ ਵਿਦਿਆਰਥੀ ਨੇ ਜਿਹੜੇ ਪੜ੍ਹਨ ਦੇ ਇੱਛਕ ਨੇ, ਵਰਲਡ ਬਾਰੇ ਜਾਣਨਾ ਚਾਹੁੰਦੇ ਨੇ। ਸੋ ਵਨ ਚੈਨਲ ਆਈ ਵਾਂਟ ਟੂ ਡਿਸਕਸ ਵਿਦ ਯੂ ਕਿ ਇੱਕ ਟੀਵੀ ਤੇ ਵਿਓਨ ਚੈਨਲ ਚੱਲਦਾ ਹੈ WION। ਸੋ ਉਹਦੇ ਵਿੱਚ ਤੁਸੀਂ ਗਲੋਬਲ ਜਿਹੜੀਆਂ ਗੱਲਾਂ ਹੋ ਰਹੀਆਂ ਨੇ ਵਿਸ਼ਵ ਪੱਧਰ ਤੇ ਕੀ ਚੱਲ ਰਿਹਾ ਹੈ ਸੋ ਉਹਦੇ ਵਿੱਚ ਤੁਸੀਂ ਦੇਖ ਸਕਦੇ ਹੈਗੇ ਹੋ। ਸੋ ਉਹ ਉਸ ਦੇ ਵਿੱਚ ਤੁਸੀਂ ਗੱਲਬਾਤ ਸਕਦੇ ਹੋ। ਸੋ ਹੁਣ ਵਿਦਿਆਰਥੀਓ ਅਸੀਂ ਗੱਲ ਕਰਦੇ ਹਾਂ ਸੋ ਸਾਡੇ ਆਪਣੇ ਸੂਬੇ ਬਾਰੇ ਕਿ ਪੰਜਾਬ ਦਾ ਯੋਗਦਾਨ ਜਿਹੜਾ ਪੂਰ ਸਾਡਾ ਜਿਹੜਾ ਕੀ ਹੈਗਾ ਕਾਟਨ ਟੈਕਸਟਾਈਲ ਦੇ ਵਿੱਚ। ਸੋ ਅਸੀਂ ਭਾਰਤ ਬਾਰੇ ਤਾਂ ਗੱਲ ਕੀਤੀ ਕੀ ਸੀ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਪੰਜਾਬ ਦੇ ਬਾਰੇ ਵੀ ਜਿਹੜੀ ਗੱਲਬਾਤ ਕਰਨੀ ਬਣਦੀ ਹੈ ਕਿਉਂਕਿ ਅਸੀਂ ਪੰਜਾਬ ਦੇ ਵਿੱਚ ਰਹਿੰਦੇ ਹੋਏ ਜਿਹੜੇ ਪੰਜਾਬ ਦੇ ਵਿਦਿਆਰਥੀਆਂ ਨੂੰ ਪੰਜਾਬ ਦੇ ਕਾਟਨ ਟੈਕਸਟਾਈਲ ਇੰਡਸਟਰੀ ਬਾਰੇ ਜੇ ਜਾਣੂ ਨਾ ਕਰਾ ਸਕੇ ਤਾਂ ਮੈਨੂੰ ਲੱਗਦਾ ਹੈ ਸਾਡਾ ਜਿਹੜਾ ਅੱਜ ਦਾ ਜਿਹੜਾ ਸੈਸ਼ਨ ਹੈ ਉਹ ਅਧੂਰਾ ਹੋਵੇਗਾ। ਸੋ ਵਿਦਿਆਰਥੀਓ ਪੰਜਾਬ ਦੀ ਜੇਕਰ ਗੱਲ ਕਰਦੇ ਹਾਂ ਤਾਂ ਪੰਜਾਬ ਦੇ ਵਿੱਚ ਜਿਹੜਾ 14% ਜਿਹੜਾ ਧਾਗਾ ਉਤਪਾਦਨ ਕੀਤਾ ਜਾਂਦਾ ਜਿਹਦੇ ਵਿੱਚ ਹੌਜਰੀ ਅਤੇ ਰੈਡੀਮੇਡ ਦੇ ਕੱਪੜਿਆਂ ਦਾ ਜਿਹੜਾ ਪੰਜਾਬ ਹੈ ਵੱਡਾ ਉਤਪਾਦਕ ਹੈ। ਸੋ ਲੁਧਿਆਣਾ, ਸ਼ਹੀਦ ਭਗਤ ਸਿੰਘ ਨਗਰ, ਬਰਨਾਲਾ ਜਿਹੜੇ ਹੈਗੇ ਨੇ ਉਹ ਸੂਤੀ ਕੱਪੜੇ ਦੇ ਜਿਹੜੇ ਵੱਡੇ ਉਤਪਾਦਕ ਕੇਂਦਰ ਹੈ ਜ਼ਿਲ੍ਹੇ ਹਨ। ਬਰਨਾਲੇ ਦੀ ਗੱਲ ਜਿਹੜਾ ਜ਼ਿਕਰ ਹੈ ਅਸੀਂ ਕੱਲ੍ਹ ਵੀ ਕੀਤਾ ਸੀਗਾ। ਸੋ ਵਿਦਿਆਰਥੀ ਅਤੇ ਕਿਹੜੀਆਂ ਕਿਹੜੀਆਂ ਮਿੱਲਾਂ ਨੇ ਜਿਹੜੀਆਂ ਮੇਨ ਮਿੱਲਾਂ ਨੇ, ਵੈਸੇ ਤਾਂ ਹੋਰ ਵੀ ਹੋਣਗੀਆਂ ਪਰ ਜਿਹੜੀਆਂ ਮੇਜਰ ਮਿਲਸ ਨੇ ਮੈਂ ਤੁਹਾਡੇ ਨਾਲ ਉਹੀ ਨਜ਼ਰ ਕਰ ਰਹੇ ਹਾਂ। ਸੋ ਵਰਧਮਾਨ ਸਪਿਨਿੰਗ ਮਿੱਲ ਐਂਡ ਜਨਰਲ ਮਿਨਰਲਸ ਲਿਮਿਟਡ ਲੁਧਿਆਣਾ ਵਿਖੇ ਜਿਹੜੀ ਇੱਕ ਇੰਡਸਟਰੀ ਲੱਗੀ ਹੋਈ ਹੈ। ਸੈਕਿੰਡ, ਰਿਸ਼ਭ ਸਪਿਨਿੰਗ ਮਿਲਸ ਲਿਮਿਟਡ ਜੋਰਡਨ ਜੋਧਾ ਲੁਧਿਆਣਾ ਵਿਖੇ ਲੱਗੀ ਹੋਈ ਹੈ। ਜਗਤਜੀਤ ਕਾਟਨ ਟੈਕਸਟਾਈਲ ਮਿੱਲ ਹੈ ਜਿਹੜੀ ਉਹ ਫਗਵਾੜਾ ਵਿਖੇ ਲੱਗੀ ਹੋਈ ਹੈ। ਮਾਲਵਾ ਕਾਟਨ ਸਪਿਨਿੰਗ ਮਿਲਸ ਜਿਹੜੀ ਆਪਾਂ ਬਰਨਾਲਾ ਦੀ ਗੱਲ ਕਰਦੇ ਹਾਂ, ਟ੍ਰੇਡਨ ਗਰੁੱਪ ਆਫ ਇੰਡਸਟਰੀ ਦੀ ਗੱਲ ਕਰਦੇ ਹਾਂ, ਸੋ ਉਹਨਾਂ ਦੇ ਵੱਖਰੋ ਵੱਖਰੇ ਜਿਹੜੇ ਅੱਗੇ ਨਾਮ ਆਉਂਦੇ ਹੈ ਸੋ ਉਹਨਾਂ ਦੇ ਵਿੱਚੋਂ ਮਾਲਵਾ ਕਾਟਨ ਸਪਿਨਿੰਗ ਮਿਲਸ ਹੈ ਜਿਹੜੀ ਉਹ ਇੱਕ ਹੈਗੀ ਹੈ। ਦੈਨ ਲੁਧਿਆਣਾ ਵਿਖੇ ਆਰਤੀ ਇੰਟਰਨੈਸ਼ਨਲ ਲਿਮਿਟਡ ਹੈ ਜਿਹੜੀ ਉਹ ਜਿਹੜੀ ਕੰਪਨੀ ਹੈ, ਸੋ ਉਹ ਕਾਟਨ ਟੈਕਸਟਾਈਲ ਮਿੱਲ ਹੈ ਜਿਹੜੀ ਉਹਨੇ ਇੰਟਰੋਡਿਊਸ ਕੀਤੀ ਹੋਈ ਹੈਗੀ ਹੈ। ਸੋ ਅੱਗੇ ਥੋੜ੍ਹੇ ਜਿਹੇ ਵਿਦਿਆਰਥੀ ਉਹ ਟੈਕਸਟਾਈਲ ਪਾਰਕਸ ਆਫ ਇਨ ਪੰਜਾਬ ਦੀ ਗੱਲ ਕਰਦੇ ਹਾਂ। ਸੋ ਟੈਕਸਟਾਈਲ ਪਾਰਕਸ ਇਨ ਪੰਜਾਬ ਜਦੋਂ ਅਸੀਂ ਗੱਲ ਕਰਦੇ ਹਾਂ ਤਾਂ ਲੁਧਿਆਣਾ ਵਿਖੇ ਇੰਟੀਗ੍ਰੇਟਡ ਟੈਕਸਟਾਈਲ ਪਾਰਕ ਅਸੀਂ ਕਹਿ ਸਕਦੇ ਹਾਂ ਜਿਹਦਾ ਏਰੀਆ 60 ਏਕੜ ਦੇ ਵਿੱਚ ਵਿਛਿਆ ਹੋਇਆ ਹੈ।
ਸੋ ਇੱਥੋਂ ਦੇ ਜਿਹੜੇ ਮੁੱਖ ਜਿਹੜੇ ਕਿੱਤੇ ਨੇਗੇ ਸੋ ਇਸ ਇੰਟੀਗ੍ਰੇਟਿਡ ਟੈਕਸਟਾਈਲ ਪਾਰਕ ਦੇ ਉਹਦੇ ਵਿੱਚ ਨਿਟਿੰਗ ਆ ਜਾਂਦੀ ਹੈ, ਫਲੈਟ ਨਿਟਿੰਗ ਆ ਜਾਂਦੀ ਹੈ ਤੇ ਕੰਪਿਊਟਰਾਈਜ਼ ਗਾਰਮੈਂਟਿੰਗ ਆ ਜਾਂਦੀ ਹੈ। ਇਸੇ ਤਰ੍ਹਾਂ ਹੀ ਰਿਦਮ ਟੈਕਸਟਾਈਲ ਐਂਡ ਅਪੈਰਲ ਪਾਰਕ ਹੈ ਜਿਹੜਾ ਉਹ ਨਵਾਂ ਸ਼ਹਿਰ ਵਿਖੇ ਹੈ, ਸੋ ਇਹਦਾ 20 ਏਕੜ ਦੇ ਵਿੱਚ ਫੈਲਿਆ ਹੋਇਆ ਹੈ। ਇਹ 20 ਏਕੜ ਦੇ ਵਿੱਚ ਫੈਲਿਆ ਹੋਇਆ ਹੈ। ਇਹਦੇ ਵਿੱਚ ਦਾ ਜਿਹੜਾ ਮੁੱਖ ਕੰਮ ਹੈਗਾ ਉਹ ਗਾਰਮੈਂਟਿੰਗ ਅਤੇ ਨਿਟਿੰਗ ਦਾ ਹੀ ਹੈ। ਸੋ ਅੱਗੇ ਤੀਸਰਾ ਲੋਟਸ ਇੰਟੀਗ੍ਰੇਟਿਡ ਪਾਰਕ ਆ ਜਾਂਦਾ ਹੈ। ਸੋ ਇਹ ਬਰਨਾਲਾ ਵਿਖੇ ਅਸੀਂ ਗੱਲ ਕੀਤੀ ਹੈ, ਜਿਹਦੇ ਵਿੱਚ 100 ਏਕੜ ਸਭ ਤੋਂ ਵੱਡਾ ਜਿਹੜਾ ਇਹੀ ਹੈ। ਮੈਂ ਕੱਲ੍ਹ ਵੀ ਗੱਲ ਕੀਤੀ ਸੀ ਕਿ ਵਿਦਿਆਰਥੀ ਬਰਨਾਲਾ ਇੱਕ ਗੜ੍ਹ ਹੈ ਬਣ ਚੁੱਕਿਆ ਜਿਹੜਾ ਕਾਟਨ ਟੈਕਸਟਾਈਲ ਇੰਡਸਟਰੀ ਦੇ ਬਾਰੇ ਦੇ ਵਿੱਚ। ਇੱਥੇ ਵਿਦਿਆਰਥੀਓ ਵਿਸ਼ਵ ਭਰ ਦੇ ਵਿੱਚ ਜਿਹੜੇ ਟਾਵਲਸ ਨੇ ਜਿਹੜੇ ਉਹ ਭੇਜੇ ਜਾਂਦੇ ਨੇਗੇ। ਸੋ ਟਾਵਲਸ ਇੱਥੇ ਜੇ ਤੁਹਾਨੂੰ ਕਦੇ ਮੈਂ ਬੇਨਤੀ ਕਰੂੰਗਾ ਜਿਹਨੇ ਵੀ ਜੁੜੇ ਆ ਤਾਂ ਟਾਵਲਸ ਇੱਥੋਂ ਦਾ ਜਿਹੜਾ ਜਦੋਂ ਟ੍ਰਾਈਡੈਂਟ ਗਰੁੱਪ ਦਾ ਤੁਸੀਂ ਲੈ ਕੇ ਦੇਖਿਓ, ਸਰ ਇਟਸ ਅ ਵੈਰੀ ਗੁੱਡ ਕੁਆਲਿਟੀ, ਠੀਕ ਹੈ। ਸੋ ਬਹੁਤ ਜਿਹੜੀ ਕੁਆਲਿਟੀ ਦਾ ਬਹੁਤ ਵਧੀਆ। ਇਸ ਤੋਂ ਇਲਾਵਾ ਜਿਹੜੇ ਇੱਥੇ ਬਾਥਰੋਬਸ ਐਂਡ ਵਨ ਥਿੰਗ ਇੰਪੋਰਟੈਂਟ ਜਿਹੜੀ ਮੈਂ ਗੱਲ ਕੱਲ੍ਹ ਵੀ ਕਰੀ ਸੀ ਕਿ ਇਹ ਜਿਹੜਾ ਲੋਟਸ ਇੰਟੀਗ੍ਰੇਟਿਡ ਟੈਕਸਟਾਈਲ ਪਾਰਕ ਹੈ, ਸੋ ਇਹ ਜਿਹੜੇ ਨੌਜਵਾਨਾਂ ਨੂੰ ਹੈ, ਪੰਜਾਬ ਦੇ ਯੂਥ ਨੂੰ ਹੈ ਜਾਂ ਹੋਰ ਜਿਹੜੇ ਬਾਹਰਲੀਆਂ ਸਟੇਟਸ ਦੇ ਯੂਥ ਨੂੰ ਹੈ, ਟ੍ਰੇਨਿੰਗ ਵੀ ਮੁਹੱਈਆ ਕਰਦਾ ਹੈ। ਆਪਣੀ ਟ੍ਰੇਨਿੰਗ ਆਰਗਨਾਈਜ਼ ਕਰਕੇ ਤੇ ਉਸ ਯੂਥ ਨੂੰ ਉਸ ਤੋਂ ਟ੍ਰੇਨਿੰਗ ਦੇਣ ਤੋਂ ਬਾਅਦ ਉਹਨੂੰ ਜਿਹੜਾ ਹੈਗਾ ਇੰਪਲਾਇਮੈਂਟ ਵੀ ਜਿਹੜਾ ਹੈਗਾ ਮੁਹੱਈਆ ਕਰਦਾ ਹੈਗਾ। ਉਸ ਤੋਂ ਬਾਅਦ ਅਸੀਂ ਜਿਹੜਾ ਪੰਜਾਬ ਅਪੈਰਲ ਪਾਰਕ ਦੀ ਗੱਲ ਕਰੀਏ ਤਾਂ ਪੰਜਾਬ ਅਪੈਰਲ ਪਾਰਕ ਲੁਧਿਆਣਾ ਵਿਖੇ ਹੈ ਤਾਂ ਇਹ 85 ਏਕੜ ਲੈਂਡ ਦੇ ਵਿੱਚ ਹੈਗਾ। ਸੋ ਇਹਦਾ ਜਿਹੜਾ ਕੰਮ ਹੈਗਾ ਪ੍ਰੋਡਕਸ਼ਨ ਆਫ ਰੈਡੀਮੇਡ ਗਾਰਮੈਂਟ। ਸੋ ਇਹਦਾ ਕੰਮ ਸਿਰਫ ਪ੍ਰੋਡਕਸ਼ਨ ਆਫ ਰੈਡੀਮੇਡ ਗਾਰਮੈਂਟ, ਜਿਹੜੀ ਆਪਾਂ ਗੱਲ ਪਹਿਲਾਂ ਵੀ ਰੈਡੀਮੇਡ ਜਿਹੜਾ ਬਣਿਆ ਬਣਾਇਆ ਜਿਹੜਾ ਚੀਜ਼ਾਂ ਹੈ ਉਹਨਾਂ ਦੀ ਅਸੀਂ ਗੱਲ ਕਰਦੇ ਹਾਂ। ਸੋ ਇਹ ਵਿਦਿਆਰਥੀਓ ਅੱਜ ਦਾ ਜਿਹੜਾ ਸੈਸ਼ਨ ਸੀ ਇਹਦੇ ਨਾਲ ਮੈਨੂੰ ਲੱਗਦਾ ਤੁਹਾਡਾ ਜਿਹੜਾ ਕਾਟਨ ਟੈਕਸਟਾਈਲ ਦਾ ਜਿਹੜਾ ਪਾਰਟ ਹੈ ਇੰਡੀਆ ਦਾ ਉਹ ਪੂਰਾ ਹੁੰਦਾ ਹੈ। ਸੋ ਹੁਣ ਮੈਂ ਮੇਰੇ ਸਾਥੀ ਤਜਿੰਦਰ ਸਿੰਘ ਜੀ ਨੂੰ ਮੈਂ ਬੇਨਤੀ ਕਰੂੰਗਾ ਕਿ ਜੇ ਵਿਦਿਆਰਥੀਆਂ ਦੇ ਕੋਈ ਪ੍ਰਸ਼ਨ ਆਏ ਨੇ ਤਾਂ ਉਹ ਸਾਂਝੇ ਕਰ ਲੈਣ ਵਿਦਿਆਰਥੀਆਂ ਦੇ ਪ੍ਰਸ਼ਨ। ਅਤੇ ਇਸ ਤੋਂ ਬਾਅਦ ਜਿਹੜੀ ਹੈ ਅਸੀਂ ਤੁਹਾਡੇ ਨਾਲ ਇੱਕ ਵੀਡੀਓ ਨਜ਼ਰ ਕਰਾਂਗੇ ਜਿਸ ਦੇ ਵਿੱਚ ਅਸੀਂ ਜਿਹੜੀਆਂ ਕਾਟਨ ਟੈਕਸਟਾਈਲ ਜਿਹੜੀਆਂ ਮਿਲਸ ਕਦੇ ਵਿਦਿਆਰਥੀਆਂ ਨੂੰ ਜਾਣ ਦਾ ਮੌਕਾ ਨਹੀਂ ਮਿਲਦਾ, ਪਰ ਅਸੀਂ ਤੁਹਾਨੂੰ ਇੱਥੋਂ ਇਸ ਪਲੇਟਫਾਰਮ ਤੋਂ ਦਿਖਾਵਾਂਗੇ ਕਿ ਵਟ ਦਾ ਕਾਟਨ ਟੈਕ ਹਾਊ ਦਾ ਕਾਟਨ ਟੈਕਸਟਾਈਲ ਇੰਡਸਟਰੀ ਵਰਕਸ। ਸੋ ਮੈਂ ਮੇਰੇ ਸਾਥੀ ਤਜਿੰਦਰ ਸਿੰਘ ਜੀ ਨੂੰ ਬੇਨਤੀ ਕਰੂੰਗਾ, ਸੋ ਪਲੀਜ਼ ਪਲੀਜ਼ ਪ੍ਰਸ਼ਨਾਂ ਦਾ ਜਿਹੜਾ ਸਿਲਸਿਲਾ ਉਹ ਸ਼ੁਰੂ ਕਰਨ। ਥੈਂਕ ਯੂ ਸਰ, ਆਵਾਜ਼ ਕਲੀਅਰ ਆ ਰਹੀ ਹੈ? ਜੀ ਸਰ, ਜੀ ਸਰ। ਥੈਂਕ ਯੂ ਵੈਰੀ ਮੱਚ ਤੁਹਾਡੇ ਨਾਲ ਇਸ ਵਕਤ 44 ਸਟੂਡੈਂਟਸ ਜੁੜੇ ਆ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਕੁਛ ਕੁਐਸਚਨਸ ਆਏ ਆ, ਸਭ ਤੋਂ ਪਹਿਲਾਂ ਤੇ ਆਵਾਜ਼ ਕਲੀਅਰ ਨਹੀਂ ਆ ਰਹੀ, ਸਾਊਂਡ ਦੀ ਪ੍ਰੋਬਲਮ ਸਾਡੇ ਐਂਡ ਤੋਂ ਵੀ ਹੋ ਸਕਦੀ ਹੈ। ਥੋੜ੍ਹਾ ਕਾਰਨ ਅੱਗੇ ਬੜੀ ਵਧੀਆ ਡਿਸਕਸ ਮੈਂ ਕੀਤਾ, ਔਰ ਦੂਸਰਾ ਜੋ ਹੈ ਚੈੱਕ ਕਰ ਲੋ, ਥੋੜਾ ਜਿਹਾ ਮਾਈਕ ਦੁਬਾਰਾ ਚੈੱਕ ਕਰੋ। ਹੈਲੋ, ਆਵਾਜ਼ ਆ ਰਹੀ ਸਰ? ਥੋੜਾ ਕਰ ਕਰਕੇ ਜੀ ਆ ਰਹੀ ਹੈ ਜੀ। ਹੁਣ ਠੀਕ ਹੈ ਸਰ? ਹਾਂ ਹਾਂ ਜੀ, ਹੁਣ ਠੀਕ ਹੈ, ਹੁਣ ਠੀਕ ਹੈ। ਹਾਂ, ਕੁਐਸਚਨ ਮੈਂ ਜ਼ਰੂਰ ਡਿਸਕਸ ਕਰਨਾ ਆ, ਉਹ ਇਹ ਹੈ ਕਿ ਫੂਡ ਰੂਲਸ ਇੰਡਸਟਰੀ ਜਿਹੜੀ ਹੁੰਦੀ ਆ ਉਹ ਇੱਕ ਦਿਨ ਡੈਫੀਨੇਸ਼ਨ ਜਿਹੜੀ ਉਹ ਕਲੀਅਰ ਨਹੀਂ ਸੀ ਮੇਰੇ ਵੱਲੋਂ ਹੋਈ ਪੂਰੀ ਤਰ੍ਹਾਂ ਨਾਲ। ਇੱਕ ਹੋਰ ਸਟੂਡੈਂਟਸ ਨੂੰ ਜ਼ਰੂਰ ਦੱਸਦੀ ਹੈ, ਫੂਡ ਰੂਲਸ ਇੰਡਸਟਰੀ ਉਹ ਇੰਡਸਟਰੀ ਹੁੰਦੀ ਆ ਉਹ ਜੋ ਹੁੰਦਾ ਹੈ ਜਿਹੜਾ ਕਿਸੇ ਜਗ੍ਹਾ ਤੇ ਲੱਗਾ ਹੋਇਆ ਪਰ ਉਹਦਾ ਕੋਈ ਵੀ ਰਾ ਮਟੀਰੀਅਲ ਉੱਥੇ ਨਹੀਂ ਮਿਲਦਾ, ਉਸਦੇ ਉੱਥੇ ਲੱਗਣ ਦਾ ਕੋਈ ਕਾਰਨ ਨਹੀਂ ਹੁੰਦਾ ਪਰ ਫਿਰ ਵੀ ਉੱਥੇ ਲੱਗਾ ਹੁੰਦਾ। ਮਤਲਬ ਸਰ ਥੋੜਾ ਜਿਹਾ ਦੁਬਾਰਾ ਚੈੱਕ ਕਰਿਓ, ਮਾਈਕ ਦੁਬਾਰਾ ਚੈੱਕ ਕਰੋ। ਹੁਣ ਆ ਰਹੀ ਹੈ ਸਰ ਆਵਾਜ਼? ਹੈਲੋ, ਹੈਲੋ, ਆ ਰਹੀ ਹੈ? ਹਾਂਜੀ, ਹੁਣ ਹੁਣ ਠੀਕ ਹੈ, ਹੁਣ ਠੀਕ ਹੈ। ਥੋੜੀ ਥੋੜਾ ਸਲੋ ਬੋਲੋ ਫਿਰ ਠੀਕ ਆਊਗਾ। ਹਾਂ ਚਲੋ, ਫੁੱਟਲੂਸ ਉਦਯੋਗ ਹੁੰਦੇ ਆ ਜਿਹੜੇ ਕਿਸੇ ਜਗ੍ਹਾ ਲੱਗੇ ਆ ਪਰ ਉਹਨਾਂ ਦੇ ਉਸ ਜਗ੍ਹਾ ਦੇ ਉੱਪਰ ਲੱਗਣ ਦੀ ਕੋਈ ਵਜ੍ਹਾ ਨਹੀਂ, ਉਹਨਾਂ ਦਾ ਕੋਈ ਰੌਂਗ ਰੀਜ਼ਨ ਉੱਥੇ ਨਹੀਂ ਹੈ। ਦੂਸਰੀ ਗੱਲ ਕਿ ਜਿੰਨੇ ਵੀ ਸੈਕਟਰ ਉਸ ਉਦਯੋਗ ਨੂੰ ਲਗਾਉਣ ਵਾਸਤੇ ਜ਼ਰੂਰੀ ਹਨ, ਚਾਹੀਦੇ ਹਨ,
ਉਹਨਾਂ ਵਿੱਚ ਇੱਕ ਵੀ ਫੈਕਟਰ ਅਗਰ ਗੈਰ ਮੌਜੂਦ ਹੋ ਜਾਏ, ਖਤਮ ਹੋ ਜਾਏ, ਮਿਲੇ ਨਾ, ਅਵੇਲੇਬਿਲਿਟੀ ਖਤਮ ਹੋ ਜਾਏ, ਤਾਂ ਉਹ ਉਦਯੋਗ ਉਸੇ ਵੇਲੇ ਬੰਦ ਹੋ ਜਾਏ। ਸਰ ਉਹਦੇ ਸਭ ਤੋਂ ਵਧੀਆ ਉਦਾਹਰਣ ਅਗਰ ਮੈਂ ਸਰ ਐਕਸਕਿਊਜ਼ ਮੀ ਇਹ ਜਿਹੜਾ ਮਾਈਕ ਹੈ ਤੁਸੀਂ ਡਾਇਰੈਕਟ ਹੈ ਜਿਹੜਾ ਲੈਪਟਾਪ ਦਾ ਯੂਜ਼ ਕਰ ਲਓ, ਕੱਢ ਹੀ ਦਿਓ ਇਹਨੂੰ। ਓਕੇ ਹੁਣ ਠੀਕ ਹੈ, ਬੋਲੋ ਹੁਣ ਠੀਕ ਹੈ ਸਰ। ਹਾਂਜੀ ਹੁਣ ਠੀਕ ਹੈ, ਹੈਲੋ। ਹਾਂਜੀ ਹਾਂਜੀ ਠੀਕ ਹੈ ਜੀ, ਹਾਂਜੀ ਮੈਂ ਮਾਈਕ ਉਤਾਰ ਦਿੱਤਾ। ਫੁੱਟਲੂਸ ਇੰਡਸਟਰੀ ਬੇਟਾ ਮੈਂ ਇੱਕ ਦਿਨ ਸਮਝਾਇਆ ਸੀਗਾ, ਮੇਰੇ ਕੋਲ ਥੋੜ੍ਹੀ ਜਿਹੀ ਚੰਗੀ ਤਰ੍ਹਾਂ ਨਹੀਂ ਸਮਝਾਇਆ ਗਿਆ, ਮੈਂ ਦੁਬਾਰਾ ਸਮਝਾ ਦਿੰਦਾ। ਫੁੱਟਲੂਸ ਉਹ ਬਿਲੋਂਗ ਜਾਂ ਫੁੱਟਲੂਸ ਇੰਡਸਟਰੀ ਉਹ ਇੰਡਸਟਰੀ ਹੁੰਦੀ ਹੈ ਜਿਹੜੀ ਕਿਸੇ ਜਗ੍ਹਾ ਲੱਗੀ ਤੇ ਹੋਈ ਹੈ, ਪਰ ਉਸਦੇ ਉਸ ਜਗ੍ਹਾ ਦੇ ਉੱਪਰ ਲੱਗਣ ਦੀ ਕੋਈ ਵਜ੍ਹਾ ਜਾਂ ਕਾਰਨ ਨਹੀਂ ਹੁੰਦਾ। ਉਸਦਾ ਕੋਈ ਵੀ ਰੋ ਮਟੀਰੀਅਲ, ਕੋਈ ਵੀ ਉਸਦਾ ਜਿਹੜਾ ਜ਼ਰੂਰੀ ਕੰਪੋਨੈਂਟ ਹੈ ਉਹ ਲੋਕਲ ਅਵੇਲੇਬਲ ਉਸ ਜਗ੍ਹਾ ਤੇ ਨਹੀਂ ਹੁੰਦਾ, ਪਰ ਫਿਰ ਵੀ ਉਹ ਇੰਡਸਟਰੀ ਕੰਮ ਕਰਦੀ ਹੈ। ਅਗਰ ਉਸ ਉਦਯੋਗ ਦੇ ਚਲਾਉਣ ਦੇ ਜਿਹੜੇ ਜ਼ਰੂਰੀ ਫੈਕਟਰ ਹਨ ਉਹਨਾਂ ਵਿੱਚੋਂ ਇੱਕ ਵੀ ਅਗਰ ਗੈਰ ਮੌਜੂਦ ਮੌਜੂਦ ਹੋ ਜਾਏ, ਨਾ ਮਿਲੇ, ਤਾਂ ਉਹ ਉਦਯੋਗ ਬੰਦ ਹੋਣ ਦੇ ਕੰਡੇ ਤੇ ਆ ਜਾਂਦਾ ਹੈ। ਉਸਦੀ ਸਭ ਤੋਂ ਵਧੀਆ ਉਦਾਹਰਨ ਹੈ ਜਿਹੜੇ ਸਾਡੇ ਪੰਜਾਬ ਵਿੱਚ ਥਰਮਲ ਪਾਵਰ ਪਲਾਂਟ ਹੈ। ਹੁਣ ਤੁਸੀਂ ਦੇਖੋ ਪੰਜਾਬ ਦੇ ਵਿੱਚ ਰਾਜਪੁਰਾ ਥਰਮਲ ਪਾਵਰ ਪਲਾਂਟ, ਰਾਜਪੁਰਾ ਤਲਵੰਡੀ ਸਾਬੋ ਪਾਵਰ ਪ੍ਰੋਜੈਕਟ, ਮਾਨਸਾ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਜਿਹੜਾ ਕਿ ਆਲਰੇਡੀ ਕਲੋਜਿੰਗ ਦੇ ਕੰਢੇ ਤੇ ਆ, ਗੁਰੂ ਗੋਬਿੰਦ ਸਿੰਘ ਜੀ ਸੁਪਰ ਥਰਮਲ ਪਲਾਂਟ ਪਾਵਰ ਪਲਾਂਟ ਰੋਪੜ, ਗੁਰੂ ਹਰਗੋਬਿੰਦ ਥਰਮਲ ਪਾਵਰ ਪਲਾਂਟ ਲਹਿਰਾ ਮੁਹੱਬਤ ਬਠਿੰਡੇ ਜ਼ਿਲ੍ਹੇ ਦੇ ਵਿੱਚ, ਗੋਇੰਦਵਾਲ ਸਾਹਿਬ ਥਰਮਲ ਪਾਵਰ ਪਲਾਂਟ 540 ਮੈਗਾਵਾਟ ਦੇ ਰਾਜਿੰਦ ਦੇ ਸਿਟੀ ਦੇ ਬਿਲਕੁਲ ਲਾਗੇ ਮੇਰੇ ਜ਼ਿਲ੍ਹੇ ਦੇ ਵਿੱਚ ਲੱਗਾ ਹੋਇਆ। ਇਹ ਸਾਰੇ ਪਾਵਰ ਪਲਾਂਟ ਦਾ ਕੋਈ ਵੀ ਜਿਹੜਾ ਰੋ ਮਟੀਰੀਅਲ ਆਏਗਾ, ਸਭ ਤੋਂ ਜ਼ਰੂਰੀ ਆ ਰੋ ਮਟੀਰੀਅਲ ਜਿਹੜਾ ਕੋਇਲਾ ਹੈ, ਅਤੇ ਪੰਜਾਬ 'ਚ ਕੋਇਲਾ ਨਹੀਂ ਮਿਲਦਾ, ਫਿਰ ਵੀ ਇਹ ਥਰਮਲ ਪਾਵਰ ਪਲਾਂਟ ਪੰਜਾਬ 'ਚ ਕੰਮ ਕਰ ਰਿਹਾ। ਸੋ ਇਹ ਇੱਕ ਉਦਾਹਰਣ ਦੇਣਾ ਸੀ। ਦੂਸਰਾ ਕੁਸ਼ਚਨ ਪੁੱਛਿਆ ਸੀਗਾ ਸਿਮਰਨਜੀਤ ਕੌਰ, ਜ਼ਿਆਦਾ ਵਧੀਆ ਕੋਟਨ ਕਿੱਥੇ ਮਿਲਦੀ ਹੈ? ਸੂਰਜ ਰਾਜਪੂਤ ਜਿਹੜਾ ਪੰਜਾਬ ਭਾਰਤ ਦੇ ਵਿੱਚ ਜ਼ਿਆਦਾ ਵਧੀਆ ਕੋਟਨ ਜਿਹੜੀ ਹੈ ਮੱਧ ਪ੍ਰਦੇਸ਼, ਮਹਾਰਾਸ਼ਟਰ, ਗੁਜਰਾਤ ਜਿੱਥੇ ਕਾਲੀਆਂ ਮਿੱਟੀਆਂ ਮਿਲਦੀਆਂ ਉਸ ਜਗ੍ਹਾ ਦੇ ਉੱਪਰ ਵਧੀਆ ਜਿਹੜੀ ਲੌਂਗ ਸਟੈਪਲ ਕੋਟਨ ਮਿਲਦੀ ਹੈ। ਨਿਸ਼ੂ ਨੇਹਾ ਪੁੱਛ ਰਹੀ ਸੀ ਕਿ ਲੌਂਗ ਸਟੈਪਲ ਵਾਲੀ ਕੋਟਨ ਕਿੰਨੀ ਕੁ ਬੈਨੀਫਿਟ ਹੈ, ਜ਼ਿਆਦਾ ਬੈਨੀਫਿਟ ਹੈ ਬੇਟਾ? ਜਿੰਨੀ ਲੌਂਗ ਸਟੈਪਲ ਕੋਟਨ ਹੈ ਉਹਦਾ ਧਾਗਾ ਟੁੱਟੇਗਾ ਨਹੀਂ, ਅਤੇ ਜਿਹੜੇ ਸਪਿੰਡਲ ਹੈ ਉਹਨੂੰ ਦਿੱਕਤ ਘੱਟ ਆਏਗੀ। ਥੈਂਕ ਯੂ ਕੁਸ਼ਚਨ ਪੁੱਛਣ ਲਈ। ਇਸੇ ਤਰ੍ਹਾਂ ਸਿਮਰਨਜੀਤ ਕੌਰ ਨੇ ਪੁੱਛਿਆ ਸੀਗਾ ਕਿ ਲੌਂਗ ਸਟੈਪ ਕੋਟਨ ਕਿੱਥੇ ਮਿਲਦੀ, ਉਹਦਾ ਜਵਾਬ ਮੈਨੂੰ ਲੱਗਦਾ ਵੀ ਮੈਂ ਦੇ ਦਿੱਤਾ। ਜਿੰਨੀ ਤੁਹਾਡੀ ਕੋਟਨ ਬੈਲਟ ਹੈ ਬਲੈਕ ਰੇਟਡ ਸੋਇਲ ਵਾਲੀ ਜਿੱਥੇ ਕਾਲੀ ਮਿੱਟੀ ਮਿਲਦੀ ਆ, ਗੁਜਰਾਤ, ਜਨਗਾਮਜ, ਮਹਾਰਾਸ਼ਟਰ, ਮੱਧ ਪ੍ਰਦੇਸ਼, ਪਾਸ਼ਾ ਪਾਕਿਸਤਾਨ, ਜਿੱਥੇ ਜਿੱਥੇ ਕਾਲੀ ਮਿੱਟੀ ਹੈ ਉੱਥੇ ਕੋਟਨ, ਲੌਂਗ ਸਟੈਪ ਕੋਟਨ ਜਿਹੜੀ ਮਿਲਦੀ ਆ। ਗੁਰਮੁਖ ਵਿਰਕ ਪੁੱਛ ਰਹੇ ਆ ਸਰ ਜੋਗ੍ਰਾਫੀ ਦਾ ਸਿਲੇਬਸ ਘੱਟ ਹੋ ਜਾਣਾ ਹੈ, ਜਿਹੜਾ ਇਸਦੇ ਬਾਰੇ ਕੋਈ ਵੀ ਡਿਸੀਜਨ ਜਿਹੜਾ ਹੈ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਨੇ ਕਰਨਾ ਹੈ, ਉਹ ਦਾ ਜਵਾਬ ਅਸੀਂ ਨਹੀਂ ਦੇ ਸਕਦੇ। ਇਸ ਤੋਂ ਇਲਾਵਾ ਕੁਸ਼ਚਨ ਪੁੱਛਿਆ ਸੀ ਸਿਲੇਬਸ ਬਾਰੇ ਵੀ ਦੱਸ ਦਿਓ ਬੇਟਾ ਜੀ, ਸੁਖਪਾਲ ਸਿੱਧੂ ਸਿੰਧੂ ਜੀ, ਸਿਲੇਬਸ ਬਾਰੇ ਬੇਟਾ ਅਸੀਂ ਕੋਈ ਇੱਥੇ ਗੱਲ ਨਹੀਂ ਕਰ ਸਕਦੇ, ਇਟ ਇਜ਼ ਆਲ ਇਨ ਦਾ ਡੋਮੇਨ ਆਫ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ, ਸਕੂਲ ਐਜੂਕੇਸ਼ਨ ਡਿਪਾਰਟਮੈਂਟ ਪੰਜਾਬ। ਦੈਨ ਸਾਮੁੰਡੀ ਪੋਲਨ ਬਾਰੇ ਬੜਿਆ ਨੂੰ, ਇੱਕ ਭੁੱਲਰ ਸਾਹਿਬ ਦਾ ਵਾਰ ਵਾਰ ਆ ਰਿਹਾ ਹੈ ਕੁਸ਼ਚਨ ਕਿ ਸਰ ਇੰਗਲਿਸ਼ ਵਿੱਚ ਵੀ ਦੱਸ ਦਿਉ। ਉਸ ਤੋਂ ਪਹਿਲਾਂ ਇੱਕ ਕੁਸ਼ਚਨ ਸੀਗਾ ਕਿ ਪੰਜਾਬ ਦੇ ਵਿੱਚ ਸਰ ਕੋਟਨ ਮਿਲਸ ਜਿਹੜੀਆਂ ਉਹ ਕਿਉਂ ਘੱਟ ਰਹੀਆਂ ਹਨ, ਔਰ ਪੰਜਾਬ ਦੀ ਸਭ ਤੋਂ ਵੱਡੀ ਟੈਕਸਟਾਈਲ ਮਿਲ ਕਿਹੜੀ ਹੈ? ਉਹਦਾ ਉੱਤਰ ਮੈਨੂੰ ਲੱਗਦਾ ਕਿ ਤੁਹਾਨੂੰ ਰਾਮਿੰਦਰ ਸਾਹਿਬ ਨੇ ਦੇ ਦਿੱਤਾ ਹੈ, ਪੰਜਾਬ ਦੀਆਂ ਕੋਟਨ ਟੈਕਸਟਾਈਲ ਮਿਲ ਜਿਹੜੀਆਂ ਉਹਨਾਂ ਬਾਰੇ ਸਾਰੀ ਜਾਣਕਾਰੀ ਦੇ ਦਿੱਤੀ ਆ। ਸੂਰਜ ਰਾਜਪੂਤ ਪੁੱਛ ਰਹੇ ਆ ਕਿ ਪੰਜਾਬ ਦੇ ਵਿੱਚ ਕੋਟਨ ਇੰਡਸਟਰੀ ਕਿਉਂ ਘੱਟ ਗਈ ਹੈ? ਪੰਜਾਬ ਦੇ ਵਿੱਚ ਮੈਜੋਰਿਟੀ ਇੰਡਸਟਰੀ ਜਿਹੜੀਆਂ ਉਹ ਘੱਟ ਗਈਆਂ, ਉਹਦੀਆਂ ਬੜੀਆਂ ਵਜ੍ਹਾ, ਦੇਰ ਆਰ ਸਰਟਨ ਬ੍ਰੌਡ ਇਕਨੋਮਿਕ ਪਾਲਿਸੀਜ਼ ਆਫ ਗਵਰਨਮੈਂਟ ਆਫ ਇੰਡੀਆ ਇਸ ਵੇ। ਫਸਟ ਆਫ ਆਲ ਯੂ ਸੇਡ ਡੀਮੋਨੇਟਾਈਜੇਸ਼ਨ ਆਫ 2016, ਦੈਨ ਗੁਡਸ ਐਂਡ ਸਰਵਿਸਿਸ ਟੈਕਸ ਪਾਲਿਸੀ। ਇਸ ਤੋਂ ਇਲਾਵਾ 30 to 40% ਜਿਹੜੀ ਲੇਬਰ ਹੈ, ਸਕਿਲਡ ਔਰ ਸੈਮੀ ਸਕਿਲਡ ਲੇਬਰ ਹੈ, ਉਹ ਨਹੀਂ ਮਿਲ ਰਹੀ ਹੈ ਨਹੀਂ ਪੰਜਾਬ ਦੇ ਵਿੱਚ। ਜਿਹੜੇ ਸੂਟ, ਸ਼ਰਟ, ਸ਼ਾਲ, ਸਟੋਲ, ਬਲੈਂਕਟ, ਜਿਹੜੇ ਕੰਬਲ ਹੈ, ਬਲੇਜ਼ਰ ਵਗੈਰਾ ਬਣਦੇ ਆ, ਠੀਕ
ਪੰਜਾਬ ਦੇ ਵਿੱਚ ਜ਼ਿਆਦਾ ਜਿਹੜੀ ਇੰਡਸਟਰੀ ਹੈ, ਟੈਕਸਟਾਈਲ ਇੰਡਸਟਰੀ ਹੈ, ਉਹ ਮਾਈਕਰੋ ਸਮਾਲ ਐਂਡ ਮੀਡੀਅਮ ਐਂਟਰਪ੍ਰਾਈਜ਼ ਹੈ, MSME ਜਿਹਨੂੰ ਕਹਿੰਦੇ ਹਾਂ ਅਸੀਂ। ਛੋਟੀਆਂ ਸਨਅਤਾਂ ਆ, ਵੱਡੀ ਯੂਨਿਟ ਬਹੁਤ ਘੱਟ ਹੈ, ਜਿਹੜੇ ਯਾਦਵਿੰਦਰ ਸਰ ਨੇ ਦੱਸਿਆ ਵਰਧਮਾਨ ਵਗੈਰਾ ਜਾਂ ਹੋਰ ਲੁਧਿਆਣੇ ਦੀਆਂ ਕੁਛ ਇੰਡਸਟਰੀ ਆ, ਛੋਟੀਆਂ ਸਪਿੰਡਲ ਆ, ਛੋਟੀ ਉਦਯੋਗ ਆ, ਅੰਮ੍ਰਿਤਸਰ ਦੇ ਵਿੱਚ ਵੀ ਛੋਟੀਆਂ ਇੰਡਸਟਰੀ ਆ, ਓਸਵਾਲ ਕੰਪਨੀ ਆ, OCM ਗੁਰਦਾਸਪੁਰ ਦੇ ਵਿੱਚ, ਧਾਲੀਵਾਲ ਹੈ। ਸੋ ਪੰਜਾਬ ਵਿੱਚ ਡੈਫੀਨੇਟਲੀ ਕਾਟਨ, ਪੋਲਿਸਟਰ, ਸਿਲਕ, ਸਪਨ, ਨਾਇਲਨ ਇਹ ਕੱਪੜੇ ਬਣਦੇ ਆ, ਇੰਟਰਨੈਸ਼ਨਲ ਸਟੈਂਡਰਡ ਦੇ ਕੱਪੜੇ ਬਣਦੇ ਆ। ਪਰ ਪਿਛਲੇ ਕੁਛ 15 ਸਾਲ ਤੋਂ ਅਗਰ ਤੁਸੀਂ ਦੇਖੀਏ ਤਾਂ ਪੰਜਾਬ ਦੇ ਵਿੱਚ ਕਾਟਨ ਟੈਕਸਟਾਈਲ ਇੰਡਸਟਰੀ ਨਹੀਂ, ਹਰ ਇੱਕ ਇੰਡਸਟਰੀ ਜਿਹੜੀ ਕਰਦੀ। ਬਹੁਤ ਕਾਰਨ ਹੈ, ਬਿਜਲੀ ਨਹੀਂ ਹੈ ਸਾਡੇ ਕੋਲ, ਟੈਕਸ ਜ਼ਿਆਦਾ ਆ। ਇਸ ਤੋਂ ਇਲਾਵਾ ਜਿਹੜਾ ਹੋਰ ਬੜਾ ਇੰਪੋਰਟੈਂਟ ਕਾਰਨ ਮੇਰੇ ਆਪਣੀ ਨਜ਼ਰ 'ਚ ਆਇਆ ਦੇਖਣ ਦੇ ਵਿੱਚ, ਉਹ ਇਹ ਹੈ ਕਿ ਜਦੋਂ ਮੈਂ ਜਨਵਰੀ, ਫਰਵਰੀ ਔਰ ਮਾਰਚ ਦਾ ਮਹੀਨਾ ਜਦੋਂ ਉਹਦੇ ਲੋਕਡਾਊਨ ਵਿੱਚ ਹੋਇਆ ਅਤੇ ਲਗਾਤਾਰ ਜਲੰਧਰ ਦੇ ਡਿਫਰੈਂਟ ਪਬਲਿਸ਼ਰਸ ਕੋਲ ਜਾਣ ਦਾ ਮੌਕਾ ਮਿਲਦਾ ਹੈ। ਪਿਛਲੇ 6-7 ਸਾਲ ਤੋਂ ਮੈਂ ਕਿਤਾਬਾਂ ਜਿਹੜੀਆਂ ਪੰਜਾਬ ਸਿਵਲਾਈਜੇਸ਼ਨ ਬੋਰਡ ਦੀਆਂ, ਉਹਨਾਂ ਦੀ ਨਾਲ ਕੰਮ ਕਰ ਰਿਹਾ ਹਾਂ ਪੰਜਾਬ ਸਿਵਲਾਈਜੇਸ਼ਨ ਬੋਰਡ ਦੇ ਨਾਲ। ਸੋ ਮੈਂ ਦੇਖਿਆ ਕਿ ਜਿਹੜੇ ਪਬਲਿਸ਼ਰ ਹੈ ਉਹਨਾਂ ਦੇ ਅੱਗੇ ਜਿਹੜੇ ਬੱਚੇ ਆ, ਜਿਹੜੀ ਉਹਨਾਂ ਦੀ ਔਲਾਦ ਹੈ, ਉਸ ਕੰਮ ਦੇ ਵਿੱਚ ਇੰਟਰਸਟਿਡ ਨਹੀਂ ਹੈ। ਇਹੀ ਇਹੀ ਕੇਸ ਜਿਹੜਾ ਉਹ ਹਰ ਇੱਕ ਇੰਡਸਟਰੀ ਦੇ ਵਿੱਚ ਹੈ ਪੰਜਾਬ 'ਚ। ਜਿਹੜੇ ਲੋਕ ਬਜ਼ੁਰਗ ਕੰਮ ਕਰ ਰਹੇ ਆ, ਉਹਨਾਂ ਦੇ ਜਿਹੜੇ ਅੱਗੇ ਬੱਚੇ ਆ, ਉਹ ਉਸ ਕੰਮ 'ਚ ਇੰਟਰਸਟਿਡ ਹੀ ਨਹੀਂ ਹੈ। ਉਹਨਾਂ ਦਾ ਨਿਸ਼ਾਨਾ ਇਹ ਬਣ ਗਿਆ ਕਿ ਅਸੀਂ ਵਿਦੇਸ਼ ਜਾਣਾ ਆ, ਬਾਹਰ ਜਾ ਕੇ ਅਸੀਂ ਚਾਹੇ ਟੈਕਸੀ ਚਲਾਈਏ, ਚਾਹੇ ਅਸੀਂ ਟ੍ਰਾਵਲਰ ਚਲਾਈਏ, ਟਰੱਕ ਚਲਾਈਏ, ਚਾਹੇ ਮਜ਼ਦੂਰੀ ਕਰੀਏ, ਪੈਲੀਆਂ ਤੋੜ ਕੇ ਜਾਂ ਮਰਜ਼ੀ ਕਰੀਏ, ਪਰ ਅਸੀਂ ਇੱਥੇ ਕੰਮ ਨਹੀਂ ਕਰ। ਸੋ ਜਦੋਂ ਯੰਗ ਜਨਰੇਸ਼ਨ ਜਿਹੜੀ ਆਉਣ ਵਾਲੀ ਪੀੜ੍ਹੀ ਆ, ਜਦੋਂ ਉਹਦਾ ਇੰਟਰਸਟ ਹੀ ਨਹੀਂ ਹੈ, ਜਿਹੜੇ ਟੈਕਸਟਾਈਲ ਇੰਜੀਨੀਅਰਿੰਗ ਦੇ ਕਾਲਜਿਸ ਆ ਰਹੇ ਆ, ਸਕੂਲ ਸਰਕਾਰ ਨੇ ਬਣਾਈਆਂ ਆ, ਪਾਈਪਲਾਈਨਸ ਬਣਾਈਆਂ, ਜਿੱਥੇ ਟੈਕਸਟਾਈਲ ਦਾ ਕੋਰਸ ਹੁੰਦਾ ਆ, ਉੱਥੇ ਸਟੂਡੈਂਟ ਹੀ ਨਹੀਂ ਮਿਲ ਰਹੇ। ਪਲੱਸ ਟੂ ਤੋਂ ਬਾਅਦ ਵਿੱਚ, 10ਵੀਂ ਤੋਂ ਬਾਅਦ ਵਿੱਚ ਪੋਲੀਟੈਕਨਿਕ ਇੰਸਟੀਟਿਊਸ਼ਨ ਖੋਲ੍ਹੀਆਂ ਹੋਈਆਂ ਸਰਕਾਰੀ, ਅੰਮ੍ਰਿਤਸਰ ਬਹੁਤ ਵੱਡੀ ਆ। ਸੋ ਇਹਨਾਂ ਸਾਰੇ ਵਜ੍ਹਾ ਦੇ ਕਰਕੇ ਤੁਸੀਂ ਦੇਖੋ ਕਿ ਅਗਰ ਬੱਚੇ ਇੰਟਰਸਟ ਨਹੀਂ ਲੈਣਗੇ ਤਾਂ ਕੋਈ ਇੰਡਸਟਰੀ ਕਿਉਂ ਚਲਾਏਗਾ, ਕੋਈ ਉਹਦੇ ਉੱਪਰ ਇਨਵੈਸਟਮੈਂਟ ਕਿਉਂ ਕਰੇਗਾ। ਜਿਹੜੇ ਬਜ਼ੁਰਗ ਲੱਗੇ ਉਹ ਕਹਿੰਦੇ ਚਲੋ ਜਦ ਤੱਕ ਅਸੀਂ ਦਿੰਦੇ ਹਾਂ ਅਸੀਂ ਕੰਮ ਕਰਦੇ ਪਏ ਹਾਂ, ਅਸੀਂ ਮਰ ਗਏ ਤਾਂ ਪਿੱਛੋਂ ਕਿੰਨੇ ਸਾਹਮਣਾ। ਬੜਾ ਟੈਕਨੀਕਲ, ਬੜਾ ਇੰਪੋਰਟੈਂਟ ਰੀਜ਼ਨ ਹੈ। ਸੋ ਮੇਰੇ ਖਿਆਲ ਨਾਲ ਇਹ ਇੱਕ ਬੜੀ ਜ਼ਰੂਰਤ ਹੈ ਕਿ ਇਸ ਚੀਜ਼ ਨੂੰ ਜਿਹੜਾ ਆ ਯੰਗ ਜਨਰੇਸ਼ਨ ਇੰਟਰਸਟ ਲਵੇ, ਔਰ ਸਰਕਾਰ ਉਦਯੋਗਾਂ ਨੂੰ ਜਿਹੜਾ ਜ਼ਰੂਰੀ ਸਹਾਇਤਾ ਹੈ ਉਹ ਮੁਹੱਈਆ ਕਰਵਾਵੇ। ਪੰਜਾਬ ਦੇ ਕਿਸਾਨ ਜਿਹੜੇ ਉਹ ਲੌਂਗ ਸਟੈਪਲ ਕਾਟਨ ਬੀਜਣ ਤਾਂ ਕਿ ਜਿਹੜਾ ਰੋ ਮਟੀਰੀਅਲ ਹੈ ਉਹ ਮਿਲੇ। ਲੇਬਰ ਦੀ ਬੜੀ ਜ਼ਰੂਰਤ ਹੈ, ਬਿਜਲੀ ਸਸਤੀ ਮਿਲਣੀ ਚਾਹੀਦੀ ਹੈ। ਅਤੇ ਸੋ ਇਸ ਤਰੀਕੇ ਨਾਲ ਅਗਰ ਅਸੀਂ ਇੰਡਸਟਰੀ ਨੂੰ, ਨਾ ਸਿਰਫ ਕਾਟਨ ਟੈਕਸਟਾਈਲ, ਕਿਸੇ ਵੀ ਇੰਡਸਟਰੀ ਨੂੰ ਰਿਵਾਈਵ ਕਰਨਾ ਹੈ ਪੰਜਾਬ ਦੇ ਵਿੱਚ, ਤਾਂ ਸਾਨੂੰ ਇਹਨਾਂ ਸਾਰੇ ਇੰਡਸਟਰੀ ਤੌਰ ਦੇ ਰੱਖਣਾ। ਇੱਕ ਕੁਸ਼ਚਨ ਪੁੱਛਿਆ ਸੀਗਾ ਇੱਕ ਬੱਚੇ ਨੇ, ਪੋਲੈਸਟਰ ਕੀ ਹੁੰਦਾ? ਇਹ ਪੋਲੀਮਰ ਦੀ ਕੈਟੇਗਰੀ ਦਾ ਥਰਡ ਹੈ ਬੇਟਾ, ਜਿਹਨੂੰ ਅਸੀਂ ਆਮ ਤੌਰ 'ਤੇ ਪੋਲੀਥੀਨ ਪੈਰੀਫਲਾ ਅਤੇ ਕਹਿੰਦੇ ਹਾਂ PP2। ਇਹ ਥੋੜ੍ਹਾ ਮਜ਼ਬੂਤ ਸਾਡਾ ਬਣਦਾ ਹੈਗਾ, ਇਹ ਕੈਮੀਕਲ ਸਿੰਥੈਟਿਕ ਫਾਈਬਰ ਹੈ, ਜਿਸ ਨੂੰ ਕਾਟਨ ਨਾਲ, ਕਾਟਨ ਪੋਲੀਸਟਰ ਦਾ ਕੱਪੜਾ ਜਿਹੜਾ ਉਹ ਉਹਨੂੰ ਰਿਕਲਸ ਨਹੀਂ ਪੈਂਦੇ, ਵੱਟ ਨਹੀਂ ਪੈਂਦੇ ਜਾਂ 100 ਸਾਲ ਜ਼ਿਆਦਾ ਹੁੰਦਾ, ਪਰ ਉਹ ਗਰਮੀ ਦੇ ਇਸ ਮੌਸਮ ਦੇ ਵਿੱਚ ਤਾਂ ਬਿਲਕੁਲ ਹੀ ਨਹੀਂ ਕਰ ਸਕਦਾ। ਇਸ ਵਕਤ ਹਿਊਮਿਡਿਟੀ ਬਹੁਤ ਜ਼ਿਆਦਾ ਔਰ ਗਰਮੀ ਅੱਜ ਕਿੰਨੀ ਜ਼ਿਆਦਾ ਹੈ। ਸੋ ਇਹੋ ਜਿਹੇ ਮੌਸਮ ਦੇ ਵਿੱਚ ਕਾਟਨ ਟੈਕਸਟਾਈਲ ਜਿਹੜੇ ਆ ਉਹੀ ਕੰਮ ਕਰਨਗੇ। ਸੋ ਇਹ ਸਾਰੇ ਕੁਛ ਫੈਕਟਰਸ ਜਿਹੜੇ ਸੀਗੇ ਉਹ ਮੈਂ ਤੁਹਾਡੇ ਨਾਲ ਡਿਸਕਸ ਕੀਤਾ। ਕੋਈ ਵੀ ਹੋਰ ਕੁਸ਼ਚਨ ਹੈ ਤਾਂ ਅਸੀਂ ਉਹਨਾਂ ਦੇ ਉੱਤਰ ਜ਼ਰੂਰ ਦੇਵਾਂਗੇ। ਇੱਕ ਕੁਸ਼ਚਨ ਨਿਸ਼ੂ ਨੇਹਾ ਪੁੱਛ ਰਹੀ ਹੈ ਕਿ ਕਾਟਨ ਮਿਲਸ ਨੂੰ ਕਿੰਨਾ ਵੱਡਾ ਸਿਵਾਚੀ। ਕੱਲ੍ਹ ਦੇ ਲੈਕਚਰ ਵਿੱਚ ਤੁਸੀਂ ਧਿਆਨ ਨਾਲ ਸੁਣੋ, ਯਾਦਵਿੰਦਰ ਸਰ ਨੇ ਪਹਿਲਾਂ ਦੱਸਿਆ ਸੀਗਾ ਕਿ ਅਸੀਂ 3 ਕੈਟਾਗਰੀ 'ਚ ਡਿਵਾਈਡ ਕਰਦੇ ਹਾਂ ਕਾਟਨ ਟੈਕਸਟਾਈਲ ਮਿਲ ਨੂੰ, ਅਤੇ ਉਹ ਸਾਰਾ ਲੈਕਚਰ ਤੁਸੀਂ ਦੁਬਾਰਾ ਸੁਣ ਸਕਦੇ ਹੋ। ਇੱਕ ਵਾਰੀ ਮੈਂ ਥੋੜ੍ਹੇ ਜਿਹੇ ਭੁੱਲਰ ਸਾਹਿਬ ਦਾ ਮੈਸੇਜ ਆ ਰਿਹਾ ਸੀਗਾ ਕਿ ਅੰਗਰੇਜ਼ੀ ਦੇ ਵਿੱਚ ਥੋੜ੍ਹਾ ਜਿਹਾ ਦੱਸ ਦਿਓ। ਸੋ ਥੋੜ੍ਹਾ ਜਿਹਾ ਡਿਸਕ੍ਰਾਈਬ ਕਰ ਦਿੰਦਾ ਸ਼ਾਰਟ ਦੇ ਵਿੱਚ। ਇੰਡੀਆ ਇਟ ਹੋਲਡਸ ਵਰਲਡ ਮੋਨੋਪੋਲੀ ਬਿਫੋਰ 3000 ਈਅਰਸ ਬਿਟਵੀਨ 1500 BC ਐਂਡ 1500 AD। ਸੋ ਦਾ ਪ੍ਰੋਡਕਟ ਆਫ ਇੰਡੀਆ ਐਸ ਮੈਂਸ਼ਨ ਬਾਈ ਯਾਦਵਿੰਦਰ ਸਰ, ਸਪੈਸ਼ਲੀ ਦ ਚਿੰਤਾ ਆਫ ਦ ਮਨਮਲ ਆਫ ਡਾਕਾ, ਇਟ ਵਾਜ਼ ਇਨ ਹਾਈ ਡਿਮਾਂਡ ਬਾਈ ਦ ਬ੍ਰਿਟਿਸ਼ਰਸ ਕੇਮ, ਦੇ ਰੋਲਡ ਦਿਸ ਇੰਡਸਟਰੀ ਆਫ ਡਾਕਾ ਇਨ ਫੇਸਡ ਮੈਨਰ। ਦ ਮਨਮਲ ਕਲੋਥ ਇਟ ਵਾਜ਼ ਡਨ ਇਨ ਯੂਰਪ, ਔਰ ਲੋਕਾਂ ਨੂੰ ਜੁਰਮਾਨਾ ਲੱਗਦਾ ਸੀ ਉਸ ਟਾਈਮ ਦੇ ਉੱਪਰ ਜਿਹੜਾ ਲੱਗਦਾ ਸੀਗਾ। ਸੋ 1947
India suffered a setback because of the reason, because most of the cotton producing areas, Punjab and West Pakistan, most of jute producing areas in the left in Pakistan, then East Pakistan, now Bangladesh. So India had revived its area under cotton and jute and its industry. Also, when we discuss jute industry, we shall discuss the factors of jute industry also. And present, cotton textile industry is the largest organized modern industry with a 5-decade phenomenon growth. There are 19 textile mills, 1,719 textile mills. In public sector, they are 11%. In cooperative sector, they are 8.5%. In private sector, 80.5%. It means majority of cotton textile mills, they are in private sector. So cotton is a pure raw material. Mumbai has maximum cotton mills, as we have mentioned. The articles are also as mentioned, 65 total. So the favorite conditions, favorable condition which Mumbai enjoy is the moist climate because of it is situated in the coastal area. For thread making, humid climate is required. The ideal location of Suez Canal and Cape of Good Hope. So Western Ghats, they provide hydroelectricity, cheap hydroelectricity. The labor is available in abundance. Black cotton soils, they are available in Maharashtra and Gujarat. Then cheap labor, of course, it is available as I have mentioned. There is no dearth of capital at all. That's about that. And advantage of early start. The initial inertia of industrial production, it is enjoyed by Mumbai. Then, what are the clusters? Cotton textile industry, Mumbai, Ahmedabad, Vadodara, Badaur, Surat, Rajkot, Porbandar, Pavnagar, Sholapur, Mukhwani, Kolhapur, Aurangabad, Amravati, Akola, Sangli, Wardha, and Sitara. In northern India, as sir has also mentioned, that is your Amritsar, Ludhiana, Haryana, Ganganagar, Pilwara in Rajasthan, Udaipur again in Rajasthan, Jaipur, Kota, Ajmer, Bihar, Rajasthan, Bhiwani, Hisar, and Rohtak in Haryana. Kanpur in Uttar Pradesh is a large cotton textile industry cluster. And it is also called Manchester of Uttar Pradesh. Once Ludhiana was also called Manchester of India, now it has lost its sheen at all. In southern India, Coimbatore, that is Manchester of India now, dominate alone. It is having 200 cotton mills. Then Madurai, Tirunelveli, Tiruchirappalli, Salem, Belgaum, Bengaluru, Mangalore, Chitradurg, Kollam, Elite, Hyderabad and Sikandrabad in Telangana. In eastern sector, eastern India, Kolkata, Hubli, Howrah, Murshidabad in central India, it is Gwalior, Ujjain, Indore, Devas, Ratlam, Jabalpur and Bhopal. So these are certain areas which are very, very important as far as cotton industry is concerned. Then person is saying sound is not clear, I will check it, try to fix it. Major problems of cotton textile, as I have also mentioned in Punjabi, that young generation is losing interest. Then scarcity of raw material is one of the main factors. Obsolete machinery and obsolete technology. Then erratic power supply, ship mills, stiff competition from Bangladesh, China and other countries, low productivity of labor, non-availability of cheap and skilled labor, then flawed economic policies of government, state and center, I would say. So these are certain important factors. Certain students, they were demanding this in English. I have tried to explain it to you. You may listen this lecture afterward. So thank you very, very much. And now I will request to Yadavendra sir to conclude this session. सो बहुत बहुत शुक्रिया तजिंदर सर, तुसी ने काफ़ी जिहड़े क्वेश्चनस जिहड़े बच्चियां दे आए सीगे, सो बड़े खूबसूरत तरीके दे नाल जिहड़े हैगे ने उन्हां दे जे सारे बच्चियां दे जिहड़े आंसर ने उह मैनूं लगदा मिल चुके ने गे। पर फिर भी मैनूं लगदा है कि थोड़ा जिहा टैक्नीकल साउंड दे कारण है जिहड़ा, सो असीं जिहड़ा बेटा जिहड़ी इह पूरे दे पूरे लैक्चर दी जिहड़ी PDF डाकूमेंट है, सो उह इस लैक्चर तों बाद है जिहड़ी
ਘੰਟੇ ਬਾਅਦ ਤੁਹਾਨੂੰ ਅਵੇਲੇਬਲ ਹੋ ਜਾਏਗੀ। ਸੋ ਯੂ ਕੈਨ ਡਾਊਨਲੋਡ ਫਰੋਮ ਦਾ ਯੂਟਿਊਬ ਲਿੰਕ, ਉਸ ਤੋਂ ਤੁਸੀਂ ਜਿਹੜਾ ਡਾਊਨਲੋਡ ਕਰ ਸਕਦੇ ਹੋ। ਸੋ ਥੋੜ੍ਹਾ ਜਿਹਾ ਹੁਣ ਅਸੀਂ ਜਿਹੜਾ ਆਪਣਾ ਅੱਜ ਦਾ ਜਿਹੜਾ ਕੋਟਨ ਟੈਕਸਟਾਈਲ ਇੰਡਸਟਰੀ ਬਾਰੇ ਕੀਤਾ ਸੀਗਾ, ਸੋ ਇੱਕ ਛੋਟੀ ਜਿਹੀ ਜਿਹੜੀ ਸਾਡੀ 2-3 ਜਿਹੜੀ ਮਿੰਟ ਦੀ ਵੀਡੀਓ ਹੈ, ਸੋ ਉਹ ਤੁਹਾਡੇ ਨਾਲ ਨਜ਼ਰ ਕਰਾਂਗੇ। ਸੋ ਉਸ ਤੋਂ ਬਾਅਦ ਜਿਹੜਾ ਸੈਸ਼ਨ ਹੈ ਉਹ ਅਸੀਂ ਐਂਡ ਕਰਾਂਗੇ। ਸੋ ਲੈਟ ਅਸ ਪਲੇ ਦਾ ਵੀਡੀਓ ਆਫ ਕੋਟਨ ਟੈਕਸਟਾਈਲ ਇੰਡਸਟਰੀਜ਼। ਸੋ ਯੈਸ, ਸੋ ਇਹ ਵਿਦਿਆਰਥੀ ਹੋ ਜਿਹੜੇ ਤੁਸੀਂ ਤਸਵੀਰ ਦੇਖ ਰਹੇ ਹੋ, ਸੋ ਇਹ ਜਿਹੜੀ ਪ੍ਰੋਸੈਸ ਨੇ ਸਪਿਨਿੰਗ ਪ੍ਰੋਸੈਸ ਐਂਡ ਵੀਵਿੰਗ ਪ੍ਰੋਸੈਸ ਵਾਲੀ ਜਿਹੜੀ ਹੈਗੀ ਹੈ। ਸੋ ਸਭ ਤੋਂ ਪਹਿਲਾਂ ਜਿਹੜਾ ਕਾਟਨ ਜਿਹੜਾ ਹੈਗਾ, ਦੇਖੋ ਇਹ ਜਿਹੜਾ ਫਾਈਨੈਸਟ ਫਾਈਬਰ ਹੈ, ਸੋ ਉਹ ਕਿਸ ਤਰ੍ਹਾਂ ਉਹਨੂੰ ਜਿਹੜਾ ਬਰੀਕ ਕੀਤਾ ਜਾਂਦਾ ਹੈ, ਸੋ ਇਸ ਮਸ਼ੀਨਾਂ ਦੇ ਵਿੱਚ ਉਸਨੂੰ ਬਰੀਕ ਕਰਕੇ, ਸੋ ਇਹ ਜਿਹੜੀ ਅਸੀਂ ਸਪਿਨਿੰਗ ਕਰਨ ਤੋਂ ਪਹਿਲਾਂ ਦੀ ਜਿਹੜੀ ਉਹ ਤਕਨੀਕ ਹੈ, ਸੋ ਇਹ ਮਾਡਰਨ ਮਸ਼ੀਨਸ ਨੇ ਜਿਹੜੀਆਂ ਤੁਹਾਨੂੰ ਦਿਖਾਈਆਂ ਜਾ ਰਹੀਆਂ ਨੇ। ਸੋ ਇਹ ਉਹ ਮਸ਼ੀਨਾਂ ਨਹੀਂ ਹੈਗਨ, ਸੋ ਜਿਹੜੀਆਂ ਅਸੀਂ ਆਮ ਦੇਖਦੇ ਹਾਂ। ਸੋ ਅਸੀਂ ਕਾਟਨ ਜਿੱਥੇ ਪਿੰਜਣ ਲੈ ਕੇ ਜਾਂਦੇ ਹਾਂ, ਸੋ ਆਮ ਕਰਕੇ ਜਿਹੜੇ ਪੁਰਾਣੇ ਜਿਹੜੇ ਸਾਡੇ ਘਰਾਂ ਦੇ ਜਿਹੜੇ ਔਰਤਾਂ, ਸੋ ਉਹ ਕੰਮ ਕਰਿਆ ਕਰਦੀਆਂ ਸੀਗੀਆਂ ਇਹ। ਸੋ ਅੱਜ ਕੱਲ੍ਹ ਜਿਹੜਾ ਜ਼ਮਾਨਾ ਹੈ ਰੈਡੀਮੇਡ ਦਾ, ਵਰਲਡ ਦਾ ਆ ਗਿਆ, ਸੋ ਹਾਓ ਕਾਟਨ ਕਿਵੇਂ ਮੈਨੂਫੈਕਚਰ ਕੀਤੀ ਜਾਂਦੀ ਹੈ ਅੱਗੇ, ਸੋ ਇਹ ਸਾਰੀ ਟੈਕਨੀਕ ਹੈ ਤੁਹਾਡੇ ਜਿਹੜੀ ਉਹ ਨਜ਼ਰ ਆ ਰਹੀ ਹੈ। ਸੋ ਇਹ ਦੇਖੋ ਤੁਸੀਂ ਜਿਹੜੀ ਲੇਬਰ ਜਿਹੜੀ ਲੱਗੀ ਹੈ, ਸਕਿਲਡ ਲੇਬਰ, ਕਿਸ ਤਰ੍ਹਾਂ ਕਾਟਨ ਜਿਹੜਾ ਯਾਰਨ ਹੈ ਉਹ ਕਿਵੇਂ ਘੁੰਮ ਰਿਹਾ, ਅਤੇ ਉਸ ਤੋਂ ਬਾਅਦ ਇਹ ਜਿਹੜੀ ਕਾਟਨ ਦੇ ਜਿਹੜੇ ਇਸ ਤਰ੍ਹਾਂ ਦੇ ਜਿਹੜੇ ਵੱਡੇ ਵੱਡੇ ਜਿਹੜੇ ਰੋਲਸ ਨੇ ਉਹ ਬਣ ਕੇ ਤਿਆਰ ਹੋ ਰਹੇ ਨੇਗੇ। ਸੋ ਐਕਸਟਰਾ ਕਾਟਨ ਹੈ ਜਿਹੜੀ ਉਹ ਅਲੱਗ ਅਲੱਗ ਇਕੱਠੀ ਕੀਤੀ ਜਾ ਰਹੀ ਹੈ। ਸੋ ਇਹ ਜਿਹੜਾ ਬੜਾ ਜਿਹੜਾ ਲੰਬਾ ਪ੍ਰੋਸੈਸ ਹੈ, ਜਿਹੜਾ ਅਸੀਂ ਬਹੁਤ ਹੀ ਛੋਟੇ ਸਮੇਂ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਉਹ ਦਿਖਾਉਣ ਦੀ ਜਿਹੜੀ ਉਹ ਕੋਸ਼ਿਸ਼ ਕਰ ਰਹੇ ਹਾਂ। ਸੋ ਬੜੀਆਂ ਜਿਹੜੀਆਂ ਉੱਤਮ ਦਰਜੇ ਦੀਆਂ ਜਿਹੜੀਆਂ ਮਸ਼ੀਨਾਂ ਨੇਗੀਆਂ, ਸੋ ਇਹ ਜਿਵੇਂ ਆਪਾਂ ਕਹਿ ਸਕਦੇ ਹਾਂ ਕਿ ਜਿਵੇਂ ਜਿਹੜੀ ਬਰਨਾਲੇ ਟ੍ਰਾਈਡੈਂਟ ਗਰੁੱਪ ਆਫ ਇੰਡਸਟਰੀਜ਼ ਹੈ, ਸੋ ਉੱਥੋਂ ਦਾ ਜਿਹੜਾ ਸਾਰਾ ਪ੍ਰੋਸੈਸ ਇਸ ਤਰ੍ਹਾਂ ਦਾ ਜਿਹੜਾ ਉਹ ਉੱਥੇ ਹੁੰਦਾ ਹੈਗਾ। ਸੋ ਉਸ ਤੋਂ ਬਾਅਦ ਇਹ ਜਿਹੜੀਆਂ ਰੀਲਾਂ ਦੇਖੋ ਬਣ ਗਈਆਂ ਧਾਗੇ ਦੀਆਂ, ਸੋ ਧਾਗਾ ਜਿਹੜਾ ਬਣ ਕੇ ਉਹ ਤਿਆਰ ਹੋ ਚੁੱਕਿਆ। ਸੋ ਉਸ ਨੂੰ ਜਿਹੜਾ ਧਾਗੇ ਨੂੰ ਜਿਹੜੀ ਕਲਰ ਦੀ ਜਿਹੜੀ ਡਾਈ ਹੈ ਉਹ ਅਲੱਗ ਅਲੱਗ ਹੁੰਦੀ ਹੈ, ਸੋ ਬੜਾ ਕੰਪਿਊਟਰਾਈਜ਼ਡ ਕੰਮ ਹੈ। ਸੋ ਕੰਪਿਊਟਰਾਈਜ਼ਡ ਜਿਹੜਾ ਸਾਰੇ ਚੈੱਕਅਪਸ ਹੁੰਦੇ ਨੇਗੇ, ਸੋ ਧਾਗੇ ਦੀ ਜਿਹੜੀ ਫਾਈਨੈਸਟ ਕੁਆਲਿਟੀ ਹੈ ਉਹ ਤਿਆਰ ਕਰ ਲਈ ਜਾਂਦੀ ਹੈ। ਸੋ ਇਸ ਤਰ੍ਹਾਂ ਜਿਹੜੀਆਂ ਵੱਡੀਆਂ ਬੇੜੀਆਂ ਜਿਹੜੀਆਂ ਜਿਹੜੀਆਂ ਸਾਰਾ ਕਾਟਨ ਟੈਕਸਟਾਈਲ ਜਿਹੜੀ ਜਿਹੜੀਆਂ ਧਾਗਾ ਤਿਆਰ ਕੀਤਾ ਜਾਂਦਾ, ਧਾਗੇ ਤੋਂ ਬਾਅਦ ਫਿਰ ਉਸਨੂੰ ਇਹ ਜਿਹੜਾ ਵੀਵਿੰਗ ਦਾ ਜਿਹੜਾ ਕੰਮ ਹੈ ਉਹ ਸਟਾਰਟ ਮਸ਼ੀਨਾਂ ਨਾਲ ਹੀ ਹੁੰਦਾ ਹੈ। ਸੋ ਇੱਕ ਫਾਈਨੈਸਟ ਜਿਹੜਾ ਗਾਰਮੈਂਟ ਸਾਡੇ ਸਾਹਮਣੇ ਹੈ ਜਿਹੜਾ ਉਹ ਇਸ ਕਾਟਨ ਦੀ ਪੂਰੀ ਪ੍ਰਕਿਰਿਆ ਤੋਂ ਤਿਆਰ ਹੋ ਕੇ ਹੈ ਜਿਹੜਾ ਉਹ ਸਾਹਮਣੇ ਆਏਗਾ। ਸੋ ਇਹ ਇਹ ਜਿਹੜਾ ਰੋ ਮਟੀਰੀਅਲ ਹੈ ਫੋਰ ਦਾ ਨੈਕਸਟ ਇੰਡਸਟਰੀ ਤਿਆਰ ਹੋ ਗਿਆ ਧਾਗਾ। ਸੋ ਇੱਥੇ ਜਿਹੜੀ ਸੈਕਿੰਡ ਅਸੀਂ ਗੱਲ ਕਰਦੇ ਹਾਂ, ਸੋ ਪਹਿਲਾਂ ਅਸੀਂ ਜਿਹੜੀਆਂ ਹਾਈ ਫਾਈ ਜਿਹੜੀਆਂ ਪਾਵਰ ਜਿਹੜੀਆਂ ਨਾਲ ਚੱਲਦੀਆਂ ਸੀ, ਸੋ ਦਿਸ ਇਜ਼ ਦਾ ਓਲਡ ਮੈਥਡ, ਟ੍ਰੈਡੀਸ਼ਨਲ ਮੈਥਡ ਆਫ ਵੀਵਿੰਗ। ਸੋ ਟ੍ਰੈਡੀਸ਼ਨਲ ਮੈਥਡ, ਸੋ ਪੁਰਾਣੀਆਂ ਬੁੜੀਆਂ ਨੇ, ਜੇ ਰਾਜਸਥਾਨ ਦੀ ਜਿਹੜੀ ਤੁਹਾਨੂੰ ਤਸਵੀਰ ਹੈ, ਰਾਜਸਥਾਨੀ ਨੇ ਤਸਵੀਰਾਂ ਵੀਡੀਓ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਕਿਵੇਂ ਚਰਖੇ 'ਤੇ ਜਿਹੜੀਆਂ ਅਟੇਰਨੇ ਕਰਿਆ ਕਰਦੇ ਸੀ ਉਹਨਾਂ ਦੇ ਨਾਲ, ਫਿਰ ਪੂਣੀਆਂ ਵੱਟਿਆ ਕਰਦੇ ਸੀਗੇ, ਪੂਣੀਆਂ ਤੋਂ ਬਾਅਦ ਫਿਰ ਉਹਦੀ ਕਤਾਈ ਹੁੰਦੀ ਸੀ, ਫਿਰ ਧਾਗਾ ਬਣਦਾ ਸੀਗਾ, ਧਾਗੇ ਤੋਂ ਬਾਅਦ ਜਿਹੜੀਆਂ ਔਰਤਾਂ ਹੀ ਹੈ ਜਿਹੜਾ ਉਹ ਵੀਵਿੰਗ ਦਾ ਜਿਹੜਾ ਉਹ ਕੰਮ ਹੈ ਇਸ ਗਲੋ ਛੋਟੇ ਛੋਟੇ ਜਿਹੜੇ ਗਲੋਟਿਆਂ ਦੇ ਨਾਲ ਹੈ, ਉਹ ਇੱਕ ਬਹੁਤ ਸੋਹਣਾ ਜਿਹੜਾ ਅਸੀਂ ਖਾਦੀ ਦਾ ਜਿਹੜਾ ਕੱਪੜਾ ਹੈ ਉਹ ਬੁਣਿਆ ਕਰਦੇ ਸੀਗੇ। ਸੋ ਇਹ ਖਾਦੀ ਦਾ ਕੱਪੜਾ ਜਿਹੜਾ ਘਰਾਂ ਦੇ ਵਿੱਚ ਹੈ ਜਿਹੜਾ ਉਹ ਬੁਣਿਆ ਜਾ ਰਿਹਾ ਹੈਗਾ। ਸੋ ਇਹ ਇਹ ਜਿਹੜੇ ਤੁਹਾਡੇ ਨਾਲ ਸ਼ੇਅਰਾਂ ਤਾਂ ਕੀਤੀਆਂ ਨੇ ਕਿਉਂਕਿ ਅੱਜ ਕੱਲ੍ਹ ਦੇ ਜ਼ਮਾਨੇ ਦੇ ਵਿੱਚ ਜਿਵੇਂ ਆਹ ਤੁਸੀਂ ਦੇਖ ਰਹੇ ਹੋ ਇੱਥੇ ਸਾਹਮਣੇ ਤਸਵੀਰ 'ਚ, ਕਿਵੇਂ ਇੱਕ ਸਕਿਲਡ ਜਿਹੜੀ ਔਰਤ ਹੈ, ਸੋ ਉਹ ਕਿਵੇਂ ਕੁੜੀ ਜਿਹੜੀ ਹੈਗੀ ਆ ਔਰਤ ਹੈਗੀ ਹੈ, ਸੋ ਕਿਵੇਂ ਮਤਲਬ ਕਿ ਜਿਹੜੀ ਵੀਵਿੰਗ ਦਾ ਕੰਮ ਹੈ ਉਹ ਜੁਲਾਹੇ ਦਾ ਕੰਮ ਹੈ ਉਹ ਕਰ ਰਹੀ ਹੈ। ਸੋ ਉਹ ਘਰ ਦੇ ਵਿੱਚ ਜਿਹੜੀ ਹੈਗੀ ਆ ਉਹ ਆਪਣਾ ਰੋਜ਼ੀ ਰੋਟੀ ਵੀ ਚਲਾ ਰਹੀ ਹੈ। ਸੋ ਜਿਵੇਂ ਇਸੇ ਤਰ੍ਹਾਂ ਹੀ ਜਿਵੇਂ ਆਪਾਂ ਘਰਾਂ ਦੇ ਵਿੱਚ ਅੱਜ ਬੁਟੀਕ ਕਲਚਰ ਚਲਾ ਦਿੰਦੀ ਹੈ, ਬਹੁਤ ਸਾਰੀਆਂ ਕੁੜੀਆਂ ਇੱਥੇ ਜੋ ਜੁੜੀਆਂ ਹੋਈਆਂ ਨੇ, ਸੋ ਜੇਕਰ ਸਾਡੇ ਕੋਲ ਰੋਜ਼ਮਰਰਾ ਦਾ ਕੋਈ ਸਾਧਨ ਨਹੀਂ ਹੈ, ਸੋ ਤਾਂ ਅਸੀਂ ਆਪਣੇ ਜਿਹੜੇ ਘਰਦਿਆਂ ਦੇ ਨਾਲ ਹੈ ਤਾਂ ਉਹ ਨਾਲ ਰਲ ਕੇ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਆਪਾਂ ਕੀਤਾ ਕਰ ਸਕਦੇ ਹਾਂ। ਸੋ ਇਸ ਵੀਡੀਓ ਨੂੰ ਮੈਨੂੰ ਲੱਗਦਾ ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਦੋ ਤੁਹਾਨੂੰ ਵੀਡੀਓ ਦਿਖਾਈਆਂ, ਸੋ ਪਹਿਲੇ ਫੇਸ 'ਚ ਸਾਨੂੰ ਜਿਹੜੀ ਪੂਰੀ ਟੈਕਨੋਲੋਜੀ ਵਾਲੀ ਵੀਡੀਓ ਦਿਖਾਈ, ਦੂਸਰੇ ਫੇਸ 'ਚ ਅਸੀਂ ਤੁਹਾਨੂੰ ਇੱਕ ਟ੍ਰੈਡੀਸ਼ਨਲ ਮੈਥਡ, ਹਾਓ ਦਾ ਕਾਮਨ ਪਰਸਨਸ ਜਿਹੜੇ ਵੀਵਿੰਗ ਕਰ ਰਹੇ ਸੀਗੇ।
ਸੋ ਇਹ ਦੋਨਾਂ ਤੋਂ ਤੁਹਾਨੂੰ ਕਲੀਅਰ ਹੋਏਗਾ ਕਿ ਕਿੰਨਾ ਜਿਹੜਾ ਜਿਹੜੀ ਕਾਟਨ ਟੈਕਸਟਾਈਲ ਦੀ ਜਿਹੜੀ ਮਹੱਤਤਾ ਕਿੰਨੀ ਹੈ। ਸੋ ਅਸੀਂ ਆਪਣੀ ਜਿਹੜੀ ਆਪਣੀ ਇੰਡੀਆ ਦੀ ਜਿਹੜੀ ਗੱਲ ਕੀਤੀ ਹੈ ਕਾਟਨ ਟੈਕਸਟਾਈਲ ਦੀ, ਸੋ ਇੱਕ ਬਹੁਤ ਵਧੀਆ ਜਿਹੜੀ ਕਾਟਨ ਟੈਕਸਟਾਈਲ ਇੰਡਸਟਰੀ ਇੰਡੀਆ ਦੀ ਹੈਗੀ ਹੈ। ਸੋ ਇਹ ਇਸੇ ਸੈਸ਼ਨ ਦੇ ਵਿੱਚ ਅਸੀਂ ਇਹਨਾਂ ਗੱਲਾਂ ਬਾਤਾਂ ਕਰਦੇ ਹੋਏ, ਮੈਨੂੰ ਲੱਗਦਾ ਤੇਜਿੰਦਰ ਸਰ ਕੋਈ ਹੋਰ ਜੇ ਪ੍ਰਸ਼ਨ ਹੈ ਬੱਚਿਆਂ ਦਾ ਆਇਆ ਹੈ ਤਾਂ ਉਹ ਨਜ਼ਰ ਕਰ ਲਈਏ, ਅਦਰਵਾਈਜ਼ ਵੀ ਕੈਨ ਐਂਡ ਦਿਸ ਸੈਸ਼ਨ ਨਾਓ। ਨਹੀਂ ਹੋਰ ਕੋਈ ਕੁਐਸਚਨ ਤੇ ਅਜੇ ਤੱਕ ਨਹੀਂ ਆਇਆ ਬੱਚਿਆਂ ਦਾ। ਸਾਊਂਡ ਦਾ ਕਹਿ ਰਹੇ ਸੀ ਬੱਚੇ, ਫੈਕਟਰੀ ਦੀ ਪਿਕਚਰ ਦੇਖ ਕੇ ਬੱਚਿਆਂ ਨੂੰ ਅੱਛਾ ਲੱਗਾ। ਇੱਕ ਕੁਲਰ ਸਾਹਿਬ ਕੁਐਸਚਨ ਪੁੱਛ ਰਿਹਾ ਕਿ ਸਰ ਨੋਟਸ ਵੀ ਇੰਗਲਿਸ਼ ਦੇ ਦਿਆ ਕਰੋ। ਅਸੀਂ ਜ਼ਰੂਰ ਕੋਸ਼ਿਸ਼ ਕਰਾਂਗੇ ਕੁਲਰ ਸਾਹਿਬ ਅੰਗਰੇਜ਼ੀ ਦੇ ਵਿੱਚ ਮਟੀਰੀਅਲ ਪ੍ਰੋਵਾਈਡ ਕਰਨ ਦੀ, ਜਾਂ ਆਪਣੇ ਜਿਹੜੇ ਲੈਕਚਰ ਹੈ ਯਾਨੀ ਅਸੀਂ ਵੀ ਆਰ ਫੋਰ ਦਾ ਸਟੂਡੈਂਟਸ ਕੋਸ਼ਿਸ਼ ਕਰਾਂਗੇ ਕਿ ਜੋ ਜੋ ਬੱਚਿਆਂ ਦੇ ਪ੍ਰਸ਼ਨ ਆ, ਜੋ ਜੋ ਬੱਚਿਆਂ ਦੀਆਂ ਪ੍ਰੋਬਲਮਸ ਹੈ, ਕਿਉਂਕਿ ਸਾਡਾ ਇਸ ਚੈਨਲ ਦਾ ਮਕਸਦ ਹੀ ਆਪਣੀ ਜੋਗ੍ਰਾਫੀ ਨੂੰ ਘਰ ਘਰ 'ਚ ਪਹੁੰਚਾਉਣਾ ਹੈ। ਜੋਗ੍ਰਾਫੀ ਦੀ ਜਿਹੜੀ ਹੈ ਉਹ ਸੇਵਾ ਹੈ। ਸੋ ਇਸ ਸੇਵਾ ਵਾਸਤੇ ਜੋ ਵੀ ਸਾਨੂੰ ਕਰਨਾ ਪਏਗਾ ਜਾਂ ਕਰਨਾ ਪਿਆ, ਇਸ ਤੱਕ ਅਸੀਂ ਕਰ ਰਹੇ ਹਾਂ ਔਰ ਪਰਮਾਤਮਾ ਸ਼ਕਤੀ ਦੇਵੇ ਅਸੀਂ ਹੋਰ ਵੀ ਇਸ ਨੂੰ ਠੀਕ ਕਰਨ ਦੀ, ਇੰਪਰੂਵ ਕਰਨ ਦੀ ਜ਼ਿਆਦਾ ਤੋਂ ਜ਼ਿਆਦਾ ਕੋਸ਼ਿਸ਼ ਕਰਾਂਗੇ। ਤੁਹਾਡਾ ਸਾਰਿਆਂ ਦਾ ਸਾਥ ਜ਼ਰੂਰ ਚਾਹੀਦਾ। ਅੱਜ 44 ਸਟੂਡੈਂਟ ਜੁੜੇ ਸੀਗੇ, 33 ਰਹਿ ਗਏ ਆ। ਸੋ ਜਦੋਂ ਤੱਕ ਸਾਡੇ ਨਾਲ ਬੱਚੇ ਨਹੀਂ ਜੁੜਦੇ, ਸਾਡੀ ਜਿਹੜੀ ਹੈ ਤਾਕਤ ਉਹ ਘੱਟਦੀ ਆ। ਸੋ ਰਿਕੁਐਸਟ ਹੈ ਸਾਰਿਆਂ ਨੂੰ ਕਿ ਸਮਾਪਤ ਬਾਅਦ ਜੁੜਿਆ ਕਰੋ ਸਾਡੇ ਨਾਲ। ਯਾਦਵਿੰਦਰ ਸਰ ਨੇ ਇੰਨੇ ਵਿਸਥਾਰ ਨਾਲ ਤੁਹਾਨੂੰ ਅੱਜ ਸਾਰਾ ਕੁਛ ਸਮਝਾਇਆ ਹੈ, ਪੰਜਾਬ ਦੇ ਕਾਟਨ ਟੈਕਸਟਾਈਲ ਇੰਡਸਟਰੀ ਬਾਰੇ ਵੀ ਵੀਡੀਓ ਵੀ ਦਿਖਾਈ। ਮੈਨੂੰ ਲੱਗਦਾ ਕਿ ਕਾਟਨ ਟੈਕਸਟਾਈਲ ਬਾਰੇ, ਸੂਤੀ ਕੱਪੜਾ ਉਦਯੋਗ ਬਾਰੇ ਹੁਣ ਬੱਚਿਆਂ ਦਾ ਕੋਈ ਪ੍ਰਸ਼ਨ ਰਹਿ ਨਹੀਂ ਗਿਆ ਹੋਏਗਾ। ਫਿਰ ਵੀ ਅਗਰ ਕੋਈ ਕੁਐਸਚਨ ਹੋਇਆ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਪੁੱਛ ਲੈਣਾ, ਤੁਹਾਨੂੰ ਅਸੀਂ ਉਹਦਾ ਜਵਾਬ ਦੇ ਦਾਂਗੇ। ਔਰ ਵੱਧ ਤੋਂ ਵੱਧ ਸਾਡੀ ਵੀਡੀਓ ਨੂੰ ਸ਼ੇਅਰ ਕਰੋ, ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ, ਲਾਈਕ ਕਰੋ, ਲਾਈਕ ਬਟਨ ਦਬਾਓ, ਸਬਸਕ੍ਰਾਈਬ ਦਾ ਬਟਨ ਦਬਾ ਕੇ ਬੈਲ ਆਈਕੋਨ ਨੂੰ ਜ਼ਰੂਰ ਦਬਾਇਆ ਕਰੋ ਤਾਂ ਕਿ ਸਾਡੀਆਂ ਵੀਡੀਓ, ਸਾਡੇ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਜਾਣ। ਕੱਲ੍ਹ ਦਾ ਦਿਨ ਬੇਟਾ ਕਲਾਸ ਨਹੀਂ ਲੱਗਣੀ, ਕੱਲ੍ਹ ਅਸੀਂ ਤੁਹਾਨੂੰ ਯਾਦ ਹੋਏਗਾ ਕਿ ਸਾਨੂੰ ਇੱਕ ਟੋਪਿਕ ਦਿੱਤਾ ਸੀਗਾ ਸਾਰੇ ਬੱਚਿਆਂ ਨੂੰ ਕਿ ਬੁੱਧਵਾਰ ਦੇ ਦਿਨ ਕੰਪੀਟੀਸ਼ਨ ਹੋਏਗਾ ਕਿ ਤੁਸੀਂ ਜਿਹੜਾ ਇਕਨੋਮਿਕ ਆਸਪੈਕਟ ਹੈ ਕਰੋਨਾ ਵਾਇਰਸ ਦੀ ਵਜ੍ਹਾ ਦੇ ਨਾਲ ਭਾਰਤ ਦੀ ਆਰਥਿਕਤਾ ਜਾਂ ਪੰਜਾਬ ਦੀ ਆਰਥਿਕਤਾ 'ਤੇ ਕੀ ਫਰਕ ਪਿਆ ਹੈ ਉਹਦੇ ਬਾਰੇ 250 ਤੋਂ 300, 250 ਤੋਂ 300 ਸ਼ਬਦਾਂ ਦੇ ਵਿੱਚ ਇੱਕ ਲੇਖ ਲਿਖ ਕੇ ਤੁਸੀਂ ਸਾਨੂੰ ਸਾਡੀ ਈਮੇਲ ਦੇ ਉੱਪਰ ਜਿਹੜੀ ਸਕਰੀਨ ਡਾਲ ਦੇ ਸੀ ਨੀਚੇ ਨਮਸਤੇ ਜੋਗ੍ਰਾਫੀ ਐਟ ਜੀਮੇਲ ਡੋਟ ਕੋਮ ਉਸਦੇ ਉੱਪਰ ਭੇਜ ਸਕਦੇ ਹੋ, ਗਰੁੱਪ ਦੇ ਵਿੱਚ ਵੀ ਸੈਂਡ ਕਰ ਸਕਦੇ। ਅਸੀਂ ਕੋਸ਼ਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਦਾ ਰਿਜ਼ਲਟ ਦੇਣਾ ਕੰਮ ਦੇਈਏ। ਸੋ ਵੀਰਵਾਰ ਫਿਰ ਮਿਲਾਂਗੇ ਸ਼ਾਮ 4 ਵਜੇ, ਤਦ ਤੱਕ ਲਈ ਇਜਾਜ਼ਤ ਦਿਓ, ਸਤਿ ਸ਼੍ਰੀ ਅਕਾਲ ਜੀ। ਆਨੰਦ ਸਰ ਥੈਂਕ ਯੂ, ਤੇਜਿੰਦਰ ਸਿੰਘ ਜੀ ਮੈਨੂੰ ਲੱਗਦਾ ਹੁਣ ਵਿਦਾ ਲੈ ਲਈਏ ਆਪਾਂ ਆਪਣੇ ਜਿਹੜੇ ਸਟੂਡੈਂਟਸ ਤੋਂ। ਸੋ ਜਿਵੇਂ ਸਰ ਨੇ ਦੱਸਿਆ ਕਿ 2 ਦਿਨ ਮਹਿਕਮੇ ਦੀਆਂ ਡਿਊਟੀਆਂ ਨੇ, ਸੋ ਉਹ ਵੀ ਨਿਭਾਉਣੀਆਂ ਨੇ। ਸੋ ਹੋਰ ਕੰਮ ਕਾਜ ਦੇ ਵੀ ਤੁਹਾਡੇ ਨਾਲ, ਅਸੀਂ ਜਿਵੇਂ ਤੁਸੀਂ ਰੁਝੇਵੇਂ ਨੇ, ਸਾਡੇ ਵੀ ਕੁਝ ਰੁਝੇਵੇਂ ਨੇ। ਸੋ 2 ਦਿਨਾਂ ਤੋਂ ਬਾਅਦ ਅਸੀਂ ਤੁਹਾਡੇ ਨਾਲ ਫਿਰ ਰੂਬਰੂ ਹੋਵਾਂਗੇ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿ ਸ਼੍ਰੀ ਅਕਾਲ, ਥੈਂਕ ਯੂ।